40 ਸਾਲ ਪਹਿਲਾਂ ਵਰਤੇ ਇਸ ਘੱਲੂਘਾਰੇ ਨੂੰ ਸਿੱਖ ਆਪਣੀ ਸੁਰਤ ਦੇ ਵਿੱਚ ਅਹਿਸਾਸਦਾ ਹੈ ਅਤੇ ਯਕੀਨਨ ਤੌਰ 'ਤੇ ਗੁਰਬਾਣੀ ਦਾ ਬਚਨ ਸਾਡੇ ਸਾਹਮਣੇ ਹੈ, ਮਰਨ ਮੁਣਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਹਿ ਪਰਵਾਣ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋ ਇੱਕ ਯੂਨੀਵਰਸਲ ਰਿਐਲਿਟੀ ਹੈ, ਬਾਬਾ ਜੀ ਨੇ ਬਿਆਨ ਕੀਤਾ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਚਖਾਏ। ਧਰਤੀ 'ਤੇ ਗੈਰਤ ਰਹਿਤ ਹੋ ਕੇ, ਅਣਖ ਰਹਿਤ ਹੋ ਕੇ ਬੰਦੇ ਦਾ ਜਿਉਣਾ ਜਾਨਵਰ ਤੋਂ ਬਦਤਰ ਹੈ। ਸੁਦੇ ਮੁਕਾਬਲਤਨ ਬੰਦਾ ਆਪਣੇ ਆਤਮ ਸਨਮਾਨ ਲਈ, ਹੱਕ ਹਕੂਕ ਲਈ ਲੜਦਾ ਜੂਝਦਾ ਧਰਤੀ ਤੋਂ ਵਿਦਾ ਹੋ ਜੇ, ਉਹਨੂੰ ਇਨਸਾਨ ਅਖਵਾਉਣਾ ਅਤੇ ਇਨਸਾਨੀਅਤ ਉਹਦੇ ਉੱਤੇ ਜਿਹੜੀ ਮਾਣ ਕਰਦੀ ਹੈ। ਕਹਿਣ ਨੂੰ ਬਹੁਤ ਕੁਝ ਕਿਹਾ ਜਾ ਸਕਦਾ, ਪਰ ਮੈਂ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਦੀ ਬਾਤ ਕਰਨੀ, ਆਪਾਂ ਉੱਥੇ ਵਾਪਸ ਆਵਾਂਗੇ, ਪਰ ਇੱਕ ਅਦੀਬ ਦਾ ਹੀ ਬੋਲ ਕਹਿ ਕੇ ਮੈਂ ਵਾਇੰਡ ਅਪ ਕਰ ਦਿੰਦਾ ਵਾਂ। ਉਹ ਕਹਿੰਦਾ ਹੈ ਕਿ ਦਾਤ ਦੇਤੀ ਹੈ ਗਰਦਿਸ਼ੇ ਦੌਰਾਂ। ਦੌਰ 'ਤੇ ਐਡਾ ਵਧੀਆ ਨਹੀਂ ਸੀਗਾ, ਦੌਰ 'ਤੇ ਗਰਦਿਸ਼ ਦਾ ਸੀ, ਨੋ ਡਾਊਟ। ਇਸ ਤੋਂ ਬਾਅਦ ਗਰਦਿਸ਼ ਕੀ ਹੋਏਗੀ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ, ਭਰੋਸਾ ਕਰਕੇ ਅਤੇ ਉਹਨਾਂ ਦੇ ਨਾਲ ਸਾਂਝ ਪਾਈ, ਉਹਨਾਂ ਵਾਸਤੇ ਸਭ ਕੁਝ ਛੱਡ ਦਿੱਤਾ, ਜਾਇਦਾਦਾਂ ਜ਼ਮੀਨਾਂ। 10 ਲੱਖ ਬੰਦਾ ਜਿਹੜਾ ਉਹ 47 ਦੇ ਵਿੱਚ ਕਤਲ ਹੋ ਗਿਆ, ਸਭ ਉਸ ਰੂਪ ਵਿੱਚ ਸਭ ਚੀਜ਼ਾਂ ਹੋਈਆਂ। ਅਤੇ ਉਹਨਾਂ ਨੂੰ ਜਾ ਕੇ ਕਿਹਾ ਵੀ ਹੁਣ ਸਾਨੂੰ ਵੀ ਕਹਿੰਦੇ ਹੋ ਤੁਸੀਂ ਆਪਣੀ ਆਜ਼ਾਦੀ ਮਾਣੋ ਇੱਥੇ, ਅਤੇ ਉਹ ਕਹਿੰਦੇ ਵੀ ਨਹੀਂ, ਤਬ ਸਮਾਂ ਔਰ ਥਾ, ਅਬ ਸਮਾਂ ਔਰ ਹੈ, ਫੋਰਗੇਟ ਅਬਾਊਟ ਇਟ। ਸੋ ਇਹ ਹੈ ਗਰਦਿਸ਼ ਦਾ ਦੌਰ ਚੱਲਿਆ, ਉਸ ਗਰਦਿਸ਼ 'ਚੋਂ ਗੁਜ਼ਰੇ ਹੋ, ਪਰ ਜਿਵੇਂ ਗੁਜ਼ਰੇ ਉਹਦੀ ਬਾਤ ਆਪ ਜੀ ਦੇ ਸਾਹਮਣੇ ਬੜੇ ਐਵੀਡੈਂਸ ਬੇਸਡ ਵੇ ਨਾਲ ਗੱਲ ਕਰ ਰਹੇ ਸੀ। ਬਟ ਟੂਕ ਮਾਤਰ ਕਹਿੰਦੇ ਦਾਤ ਦੇਤੀ ਹੈ ਗਰਦਿਸ਼ੇ ਦੌਰਾਂ, ਜ਼ਿੰਦਗੀ ਅਹਿਤਰਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ, ਮੌਤ ਝੁੱਕ ਕੇ ਸਲਾਮ ਕਰਦੀ ਹੈ। ਉਹਨਾਂ ਨੇ ਉਹ ਕਰ ਵਿਖਾਇਆ ਜਿਹਦੇ ਬਾਬਤ ਸ਼ਾਇਦ ਉਹ ਹਾਕਮ ਜਮਾਤ ਸੁਪਨਾ ਵੀ ਨਹੀਂ ਸੀ ਲੈ ਪਾਈ, ਇਹ ਵੀ ਹੋ ਸਕਦਾ ਹੈ। ਕਿਉਂਕਿ ਕਿਹਾ ਤਾਂ ਜਾਂਦਾ ਸੀ ਨਾ ਕਿ ਜਦੋਂ ਵੈਨ ਦੀਜ਼ ਟੈਂਕਸ ਗੋਨਾ ਰੋਲ ਐਂਡ ਦੀਜ਼ ਕਾਵਰਡਸ ਦੇ ਗੋਨਾ ਐਕਚੁਅਲੀ ਕਮ ਆਊਟ ਰਾਈਟ ਵੇ, ਉਹਨਾਂ ਕਿਹਾ ਡੋਂਟ ਵਰੀ, ਤੂੰ ਚਿੰਤਾ ਨਾ ਕਰ, ਤੂੰ ਆਪਣੇ ਟੈਂਕ ਦੀ ਰੋਰ ਕਰ ਐਂਡ ਦੈਨ ਵੀ ਵਿਲ ਟੈਲ ਯੂ। ਅਤੇ ਅਜੇ ਤੱਕ ਵੀ ਪ੍ਰੋਪਰ ਉਹਦੀ ਨਾ ਇਨਫੋਰਮੇਸ਼ਨ ਬਾਹਰ ਲਿਆਏ ਨਾ ਕੁਛ ਕੀਤਾ, ਕਿਉਂਕਿ ਰੀਜ਼ਨ ਕੀ ਹੈ? ਹਾਲਾਂਕਿ ਸਿੱਖੀ ਦੇ ਆਸ਼ੇ ਦੇ ਵਿੱਚ ਉਸ ਮੁਬਾਲਿਕ ਉਸ ਖਿੱਤੇ ਲਈ ਜੋ ਕੁਝ ਅਸੀਂ ਕੀਤਾ ਅਤੇ ਉਹਦੇ ਬਾਰੇ ਤਾਂ ਬੜੀ ਡਿਟੇਲ 'ਚ ਬਾਤ ਹੋ ਸਕਦੀ, ਪਰ ਹਾਂ ਇਹ ਹੈ ਕਿ ਸਾਰੇ ਨੂੰ ਅਸੀਂ ਯਾਦ ਕਰਦੇ ਹਾਂ ਆਪਣੇ ਸ਼ਹੀਦਾਂ ਨੂੰ। ਸਮਾਂ ਸਾਡੇ ਕੋਲ ਸੀਮਤ ਆ, ਵੀ ਗੋਨਾ ਡੈਫੀਨੇਟਲੀ ਨਾ ਡਿਸਕਸ ਜਪਜੀ ਸਾਹਿਬ ਬਾਣੀ, ਉਸ ਪਾਸੇ ਆਪਾਂ ਬਾਤ ਕਰੀਏ। ਸੋ ਜਿਤਨੇ ਕੁ ਜੀ ਹਾਜ਼ਰੀਨ ਹੋ, ਇੱਕ ਵਾਰੀ ਆਵਾਜ਼ ਆਏ ਫਤਿਹ ਦਿਓ ਤਾਂ ਕਿ ਮੈਂ ਬਾਤ ਪ੍ਰਾਰੰਭ ਕਰ ਸਕਾਂ। ਫਤਿਹ ਤੋਂ ਬਾਅਦ ਆਪਾਂ ਫਿਰ ਜੋ ਅੱਜ ਦਾ ਬਚਨ ਆਪਾਂ ਵਿਚਾਰਨਾ ਉਹਦੀ ਬਾਤ ਕਰਾਂਗੇ। ਸੋ ਇੱਕ ਵਾਰੀ ਜ਼ਰੂਰ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਟ ਰੀਕੈਪ ਕਰਦਿਆਂ ਹੋਇਆਂ, ਅਸੀਂ ਜਪਜੀ ਸਾਹਿਬ ਦੇ ਸ਼ੁਰੂਆਤੀ ਪਾਠ ਮੂਲ ਮੰਤਰ ਨੂੰ ਡਿਸਕਸ ਕੀਤਾ, ਇੱਕ ਓਮਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਯੈਸਟਰਡੇ ਵੀ ਵਰ ਡਿਸਕਸਿੰਗ ਦਾ ਟਾਈਟਲ ਆਫ ਬਾਣੀ ਵਿਚ ਵੀ ਕਾਲਡ ਜਪ, ਜੋ ਤੁਹਾਡੇ ਕੋਲ ਸਕਰੀਨ 'ਤੇ ਸਾਹਮਣੇ ਹੈ। ਆਮ ਸੋਰੀ ਬਾਬਾ ਜੀ, ਕੱਲ੍ਹ ਨੂੰ ਸੈਕਿੰਡ ਸਕਰੀਨ ਵੀ ਬਿਨਾਂ ਚਲੀ ਡੂ ਓਵਰ ਹੇਅਰ, ਮੈਨੂੰ ਪਤਾ ਜਿਹੜੀ ਇਸ ਸਾਈਡ ਦੀ ਸੰਗਤ ਆ ਉਸਨੂੰ ਥੋੜ੍ਹਾ ਸਕਰੀਨ 'ਤੇ, ਅਤੇ ਸਕਰੀਨ ਦਾ ਰੀਜ਼ਨ ਇਹ ਹੈ ਕਿ ਜਿਹੜੀ ਚੀਜ਼ ਸਕਰੀਨ 'ਚ ਹੋਏਗੀ ਉਹ ਸੁਰਤ 'ਚ ਹੌਲੀ ਹੌਲੀ ਉੱਪਰ ਜਾਏਗੀ, ਤਾਂ ਕਰਕੇ ਅਸੀਂ ਕਰ ਰਹੇ ਹੈਗੇ ਹਾਂ। ਖੈਰ ਅੱਜ ਅਸੀਂ ਜਪ ਤੋਂ ਬਾਅਦ, ਕਿਉਂਕਿ ਜਪ ਦੇ ਬਾਬਤ ਆਪ ਕਲੀਅਰ ਹੋ ਗਏ ਕਿ ਜਪ ਇਜ਼ ਦਾ ਟਾਈਟਲ ਆਫ ਬਾਣੀ, ਜਪ ਮੀਨ ਮੈਡੀਟੇਸ਼ਨ ਔਰ ਰਿਸਾਈਟ ਕਰਨਾ, ਯੂ ਡੂ ਸਮ ਸੋਰਟ ਆਫ ਰਿਸਾਈਟਿੰਗ। ਇਹਦੇ ਵਾਸਤੇ ਗੁਰੂ ਬਾਬਾ ਜੀ ਨੇ ਸਾਰੀ ਬਾਤ ਅੱਗੇ ਜਾ ਕੇ ਸਾਰੀ ਕੀਤੀ ਹੈ, ਪਰ ਇਸ ਤੋਂ ਬਾਅਦ ਸਲੋਕ ਟਾਈਟਲ ਨਹੀਂ ਗਾ ਪਰ ਸਲੋਕ ਹੈ, ਅੱਜ ਅਸੀਂ ਉਸਦੀ ਵਿਆਖਿਆ ਦੇ ਨਾਲ ਆਪਣੇ ਆਪ ਨੂੰ ਜਿਹੜਾ ਇੰਗੇਜ ਕਰਨਾ ਹੈ। ਸੋ ਆਪਾਂ ਉਹਦੀ ਬਾਤ ਪ੍ਰਾਰੰਭ ਕਰਦੇ ਹਾਂ।
ਸੋ ਆਓ ਸਭ ਤੋਂ ਪਹਿਲਾਂ ਸਾਰੇ ਇਕੱਤਰ ਹੋ ਸਾਰੀ ਇੱਕ ਆਵਾਜ਼ ਦੇ ਵਿੱਚ ਆਪਾਂ ਇਹਦਾ ਅਲਾਪਨ ਕਰੀਏ। ਦੋ ਵਾਰੀ ਅੱਗੇ ਮੈਂ ਬੋਲਾਂਗਾ, ਪਿੱਛੇ ਆਪ ਜੀ ਨੇ ਬੋਲਣਾ ਹੈ, ਜਿਵੇਂ ਰੂਟੀਨ 'ਚ ਆਪਾਂ ਕਰ ਰਹੇ ਹੈਗੇ ਹਾਂ। ਸੋ ਲੈਟਸ ਸਟਾਰਟ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਵਾਰੀ ਹੋਰ ਕਿਰਪਾ ਕਰਿਓ ਜੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਜਿਹੜਾ ਮਾਡਲ ਹੈ ਨਾ ਸਾਡਾ, ਇਹ ਐਕਚੁਲੀ ਰੀਅਲ ਕੋਂਗਰੀਗੇਸ਼ਨ ਦਾ ਮਾਡਲ ਆ। ਸਾਡੇ ਬਜ਼ੁਰਗ ਮੋਸਟਲੀ ਇਸ ਤਰੀਕੇ ਨਾਲ ਗੁਰਬਾਣੀ ਦੀਆਂ ਜੋਟੀਆਂ ਦਾ ਪਾਠ ਕਰਦੇ ਹੁੰਦੇ ਸੀ, ਅਤੇ ਇਸ ਲਈ ਸਾਨੂੰ ਬਾਣੀ ਬਹੁਤ ਆਪਣੇ ਆਪ ਕੰਠ ਹੋ ਜਾਂਦੀ ਸੀ। ਅਨਫੋਰਚੁਨੇਟ ਪਾਰਟ ਹੋਇਆ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ। ਸਾਡਾ ਇੱਕ ਈਡੀਅਮ ਆ ਪੰਜਾਬੀ ਲੈਂਗੁਏਜ ਦਾ, ਦੈਟ ਇਜ਼ ਕਿ ਪੈਸਾ ਗੰਢ ਅਤੇ ਬਾਣੀ ਕੰਠ, ਇਹ ਦੋਨੋਂ ਕੰਮ ਆਉਂਦੇ ਨੇ। ਪੈਸਾ ਉਹੀ ਮੀਨ ਮਨੀ, ਵਟ ਐਵਰ ਮਨੀ ਯੂਅਰ ਕੈਰਿੰਗ ਦੈਟ ਇਜ਼ ਯੂਅਰਸ, ਵੇਅਰ ਐਵਰ ਯੂ ਵਾਂਟ ਯੂ ਕੈਨ ਯੂਜ਼ ਇਟ। ਐਂਡ ਐਟ ਦਾ ਸੇਮ ਟਾਈਮ ਬਾਣੀ ਵਿਚ ਯੂ ਨੋ ਬਾਏ ਹਾਰਟ, ਦੈਟ ਇਜ਼ ਰੀਅਲ ਯੂਅਰ ਐਕਚੁਅਲੀ ਕੈਨ ਕਾਇੰਡ ਆਫ ਐਸੈਟ, ਔਰ ਰੀਅਲ ਯੂਅਰ ਕਾਇੰਡ ਆਫ ਯੂ ਕੈਨ ਸੇ ਜਿਹੜੀ ਤੁਹਾਡੀ ਅਸਲ ਸਪਿਰਿਚੁਅਲ ਹੈਲਪ ਆ। ਜਿੱਥੇ ਕਿਤੇ ਤੁਹਾਨੂੰ ਫੀਲ ਹੋਏ ਕਿ ਯੂ ਨੋ ਆਈ ਫੀਲ ਆਈਸੋਲੇਟਡ, ਆਈ ਫੀਲ ਅਲੋਨ, ਆਈ ਫੀਲ ਸਮ ਸੋਰਟ ਆਫ ਯੂ ਕੈਨ ਸੇ ਫੀਅਰ, ਰਾਈਟ ਵੇ ਯੂ ਕੈਨ ਰਿਸਾਈਟ ਦੈਟ ਬਾਣੀ ਇਫ ਯੂ ਨੋ ਬਾਏ ਹਾਰਟ। ਫਿਰ ਇਕੱਲਾ ਇਹ ਨਹੀਂ ਗਾ, ਉਹ ਤੁਹਾਨੂੰ ਫਿਰ ਲੌਂਗ ਰਨ 'ਚ ਵੀ ਬਹੁਤ ਹੈਲਪ ਕਰਦੀ ਹੈ। ਲੈਟ ਮੀ ਗਿਵ ਯੂ ਵਨ ਇਗਜ਼ਾਮਪਲ, ਮੈਂ ਉਸ ਦਿਨ ਵੀ ਬਾਤ ਕਰ ਰਿਹਾ ਸੀਗਾ, ਹੇਅਰ ਐਂਡ ਦੇਅਰ ਆਪਾਂ ਕੁਝ ਇਗਜ਼ਾਮਪਲ ਡਿਸਕਸ ਕਰਾਂਗੇ, ਮੈਂ ਇੱਥੇ ਵਾਪਸ ਆ ਰਿਹਾ ਜਸਟ ਇਸ ਕਰਕੇ ਤਾਂ ਕਿਸੇ ਕੁਝ ਬਾਣੀ ਨੂੰ ਕੰਠ ਕਰ ਸਕੀਏ। ਵੈਸੇ ਜਪਜੀ ਸਾਹਿਬ ਦੇ ਬਾਬਤ ਭਾਈ ਗੁਰਦਾਸ ਜੀ ਦਾ ਇਹ ਬਚਨ ਆ, ਉਹ ਕਹਿੰਦੇ ਜਦੋਂ ਗੁਰੂ ਨਾਨਕ ਮਹਾਰਾਜ ਨੇ ਕਰਤਾਰਪੁਰ ਵਸਾਇਆ ਨਾ, ਦਾ ਕੋਡ ਆਫ ਕੰਡਕਟ ਗੁਰੂ ਮਹਾਰਾਜ ਫੋਲੋਇੰਗ ਐਵਰੀ ਡੇ, ਦੈਟ ਇਨਕਲੂਡ ਜਪਜੀ ਸਾਹਿਬ। ਉਹਨਾਂ ਦੇ ਬਚਨ ਨੇ ਕਿ ਜਦੋਂ ਬਾਬਾ ਆਇਆ ਕਰਤਾਰਪੁਰੇ ਭੇਖ ਉਦਾਸੀ ਸਗਲ ਉਤਾਰਾ, ਕਿਆ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਰੋਜ਼ ਪੜਿਆ ਜਾਂਦਾ ਸੀਗਾ, ਸੋਦਰ ਆਰਤੀ ਸ਼ਾਮ ਨੂੰ ਹੁੰਦੀ ਸੀ, ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਜਾਪ ਉਚਾਰਾ ਜਪਜੀ ਸਾਹਿਬ ਪੜਿਆ ਜਾਂਦਾ ਸੀਗਾ। ਦੈਟ ਐਕਚੁਲੀ ਕੋਡ ਆਫ ਕੰਡਕਟ ਹੈਜ਼ ਬੀਨ ਸਟਾਰਟਡ ਫਰੋਮ ਗੁਰੂ ਨਾਨਕ ਸਾਹਿਬ ਪੀਰੀਅਡ। ਇਹ ਅੱਜ ਕੱਲ੍ਹ ਦੀ ਗੱਲ ਨਹੀਂ ਹੈ। ਜੇ ਕੋਈ ਬੱਚਾ ਕਈ ਵਾਰੀ ਕਹਿੰਦਾ ਵਾਈ ਯੂ ਆਰ ਐਕਚੁਲੀ ਪੁਸ਼ਿੰਗ ਮੀ ਟੂ ਡੂ ਦਿਸ ਬਾਟ ਐਵਰੀ ਡੇ, ਬਿਕੋਜ਼ ਦਿਸ ਹੈਜ਼ ਬੀਨ ਸਟਾਰਟਡ ਫਰੋਮ ਗੁਰੂ ਨਾਨਕ ਸਾਹਿਬ, ਦਿਸ ਇਜ਼ ਗਿਫਟ ਆਫ ਗੁਰੂ ਨਾਨਕ ਮਹਾਰਾਜ। ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਦੇਖਦੇ ਹਾਂ, ਜਦੋਂ ਆਪਾਂ ਫੈਮਿਲੀ 'ਚ ਰਹੀਏ, ਕੋਈ ਫੈਮਿਲੀ ਮੈਂਬਰ ਆ ਤੁਹਾਨੂੰ ਬਹੁਤ ਪਿਆਰ ਕਰਦਾ, ਕੇਅਰ ਕਰਦਾ, ਵਨ ਡੇ ਦੈਟ ਫੈਮਿਲੀ ਮੈਂਬਰ ਇਜ਼ ਐਕਚੁਅਲੀ ਕੈਨ ਪਾਸਡ ਅਵੇ, ਬਟ ਸਟਿਲ ਯੂ ਰਿਅਲਾਈਜ਼ ਯੂ ਹੈਵ ਰਿਲੇਸ਼ਨਸ਼ਿਪ ਵਿਦ ਦੈਟ ਇੰਡੀਵਿਜੁਅਲ। ਸੋ ਹਾਊ ਯੂ ਗੋਨਾ ਐਕਚੁਅਲੀ ਕੀਪ ਅਲਾਈਵ ਦੈਟ ਰਿਲੇਸ਼ਨਸ਼ਿਪ? ਜਿਹੜੀਆਂ ਕੁਝ ਐਕਟੀਵਿਟੀਜ਼ ਉਹਦੇ ਨਾਲ ਕੀਤੀਆਂ ਹੁੰਦੀਆਂ ਨੇ, ਲੋਕ ਉਹਦੀ ਮੈਮਰੀ 'ਚੋਂ ਕਰਦੇ ਨੇ, ਉਹਨੂੰ ਇੱਕ ਕਹਿ ਲਓ ਕਿ ਇੱਕ ਮੈਮੋਰੇਬਲ ਵੇ ਦੇ ਨਾਲ ਉਹਨੂੰ ਉਹਦੇ ਨਾਲ ਆਪਣੀ ਐਸੋਸੀਏਸ਼ਨ ਬਣਾਉਣ ਵਾਸਤੇ। ਸੋ ਸੇਮ ਵੇ ਸਮ ਟਾਈਮ ਵੀ ਹੈਵ ਵੈਰੀ ਗੁੱਡ ਸਕਾਲਰ, ਹਿਜ਼ ਨੇਮ ਇਜ਼ ਪ੍ਰੋਫੈਸਰ ਪੂਰਨ ਸਿੰਘ। ਮੈਂ ਉਹਨਾਂ ਕੁਝ ਜ਼ਿਕਰ ਇੱਥੇ ਉਹਨਾਂ ਦੀ ਕਿਤਾਬਾਂ ਦਾ ਹੌਲੀ ਹੌਲੀ ਕਰਾਂਗਾ, ਬਟ ਟੂਕ ਮਾਤਰ ਸਪੈਸੀਫਿਕਲੀ ਆਵਰ ਯੰਗਸਟਰਸ, ਇਫ ਯੂ ਵਾਂਟ ਟੂ ਲਰਨ ਸਿੱਖੀ ਔਰ ਵਾਂਟ ਟੂ ਲਰਨ ਸਮਥਿੰਗ ਅਬਾਊਟ ਸਿੱਖੀ ਸਕ੍ਰਿਪਚਰ, ਦੈਨ ਪ੍ਰੋਫੈਸਰ ਪੂਰਨ ਸਿੰਘ ਇਜ਼ ਏ ਗ੍ਰੇਟ ਹੈਲਪ। ਉਹਨਾਂ ਦੀਆਂ ਜਿਹੜੀਆਂ ਬੁੱਕਸ ਨੇ, ਸਪੈਸੀਫਿਕਲੀ 10 ਮਾਸਟਰਸ, ਮਾਰਵਲਸ ਬੁੱਕ ਆ ਉਹਨਾਂ, ਮਤਲਬ ਇਸ ਤਰੀਕੇ ਨਾਲ। ਇੱਕ ਵਾਰੀ ਕੀ ਹੋਇਆ, ਉਹਨਾਂ ਨੂੰ ਕਿਸੇ ਨੇ ਪੁੱਛਿਆ, ਪ੍ਰੋਫੈਸਰ ਸਾਹਿਬ
why are you reciting with this few words again and again? What's so special in those words? Okay, you know, these are not just only words. These are the kind of association with my guru, and that's why I repeat these words so that I don't forget my association with my guru. ਇੱਕ ਗੁਰੂ ਨਾਲ ਐਸੋਸੀਏਸ਼ਨ ਹੈ, ਤੁਹਾਡੀ ਤੁਹਾਡੀ ਸਾਂਝ ਆ ਤੁਹਾਡੀ ਉਹਦੇ ਨਾਲ, ਇੱਕ ਤਰੀਕੇ ਦੇ ਨਾਲ ਇੱਕ ਕਹਿ ਲਓ ਕਿ ਇੱਕ ਅੰਗੇਜ ਉਸ ਤਰੀਕੇ ਨਾਲ ਤੁਹਾਨੂੰ ਕਰਦੀ ਹੈਗੀ। ਸੋ ਬਾਣੀ ਕੰਠ ਨੂੰ ਕੰਠ ਕਰਨਾ, ਮੈਂ ਐਗਜ਼ਾਮਪਲ ਦੇਣ ਲੱਗਾ ਸੀਗਾ। ਆਪਾਂ ਖਾਲਸਾ ਐਡ ਨੂੰ ਜਾਣਦੇ ਨਾ, ਇਹਨਾਂ ਨੇ ਬਹੁਤ ਛੋਟੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਸੀਗਾ। ਇਹਨਾਂ ਦੇ ਫਾਊਂਡਰ ਮੈਂਬਰਸ ਦੇ ਵਿੱਚੋਂ, ਕਿਉਂਕਿ ਮੈਂ ਉਹਦੀ ਮੇਰੀ ਬਹੁਤ ਸਾਂਝ ਰਹੀ ਉਹਨਾਂ ਦੇ ਨਾਲ, ਅਤੇ ਉਹ ਬਹੁਤ ਸਾਰੀ ਮੈਨੂੰ ਸਟੋਰੀਜ਼ ਦੱਸਦੇ। ਇੱਕ ਵਾਰੀ ਉਹਨੇ ਇੱਕ ਅਫਰੀਕਨ ਕੰਟਰੀ ਦੇ ਵਿੱਚ ਗਏ, ਇਟ ਇਜ਼ ਅਰਾਊਂਡ ਐਕਚੁਲੀ 2003 or 2004 ਕਾਇੰਡ ਆਫ ਐਕਚੁਲੀ ਉਸ ਪੀਰੀਅਡ ਦੀ ਗੱਲ ਹੈ। ਬੜਾ ਛੋਟਾ ਜਿਹਾ ਇਹਨਾਂ ਦਾ ਸਾਰਾ ਉਸ ਵਕਤ ਓਪਰੇਸ਼ਨ ਹੁੰਦਾ ਸੀਗਾ। ਗਏ ਅਤੇ ਉਹ ਕਹਿੰਦੇ ਉੱਥੇ ਅਸੀਂ ਏਅਰਪੋਰਟ 'ਤੇ ਸੀਗੇ, ਅਤੇ ਏਅਰਪੋਰਟ 'ਤੇ ਸਾਨੂੰ ਜਿਹੜੀ ਅਥੋਰਿਟੀ ਸੀਗੀ ਨਾ, ਉਹ ਸਾਨੂੰ ਐਂਟਰੈਂਸ ਨਹੀਂ ਦੇ ਰਹੀ, ਮਤਲਬ ਸਾਨੂੰ ਐਂਟਰੀ ਨਹੀਂ ਦੇ ਰਹੀ, ਯੂ ਕੈਨ ਨੋਟ ਗੋ ਆਊਟ ਫਰੋਮ ਏਅਰਪੋਰਟ। ਅਸੀਂ ਕਿਹਾ ਕਮਾਲ ਆ, ਸਾਨੂੰ ਤਾਂ ਉਹਨਾਂ ਨੂੰ ਦੇਵਤੇ ਸਮਝਣਾ ਚਾਹੀਦਾ। ਵੀ ਸ਼ੁੱਡ ਐਕਚੁਲੀ ਗਿਵ ਅਸ ਅ ਲੋਟ ਆਫ ਰਿਸਪੈਕਟ, ਵੀ ਆਰ ਹੇਅਰ ਫਰ ਨੋਬਲ ਕਾਜ਼, ਫੋਰ ਰੀਲੀ ਐਕਚੁਲੀ ਹਿਊਮਨਟੇਰੀਅਨ ਕਾਜ਼, ਸੋ ਵਾਈ ਆਰ ਦੇ ਐਕਚੁਲੀ ਵੈਲਕਮਿੰਗ ਅਸ। ਉਹ ਸਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਐਟ ਦਾ ਐਂਡ ਬਿੱਲੀ ਥੈਲੇ 'ਚੋਂ ਬਾਹਰ ਆਈ, ਉਹ ਕਹਿੰਦੇ ਪਤਾ ਤੁਸੀਂ ਇਹਨਾਂ ਸਾਡੇ ਗਰੀਬ ਲੋਕਾਂ ਦੇ ਨਾਂ 'ਤੇ ਬੜੇ ਪੈਸੇ ਇਕੱਠੇ ਕੀਤੇ ਹੋਣੇ, ਸੋ ਤੁਸੀਂ ਹੁਣ ਇੱਕ ਕੰਮ ਕਰੋ, ਪਹਿਲਾਂ ਤਾਂ ਸਾਡੀਆਂ ਜੇਬਾਂ ਭਰੋ, ਦੈਨ ਵੀ ਗਨਾ ਅਲਾਓ ਯੂ ਟੂ ਗੋ ਐਂਡ ਡੂ ਸਮ ਐਕਚੁਲੀ ਯੂ ਕੈਨ ਸੇ ਗੁੱਡ ਵਰਕ ਇਨ ਅਵਰ ਕੰਟਰੀ। ਉਹ ਕਹਿੰਦੇ ਯੂ ਨੋ ਫੋਰਗੇਟ ਅਬਾਊਟ ਇਟ, ਇਹ ਪੈਸੇ ਕਿਤੋਂ ਗੌਰਮੈਂਟ ਨੇ ਨਹੀਂ ਦਿੱਤੇ, ਰੈੱਡ ਕਰਾਸ ਨੇ ਨਹੀਂ ਦਿੱਤੇ, ਇਹ ਤਾਂ ਕੋਮਨ ਕਮਿਊਨਿਟੀ ਆ ਜਿਹੜੀ ਸਾਡੀ ਹਾਰਡ ਵਰਕਿੰਗ ਕਮਿਊਨਿਟੀ ਹੈ, ਉਹਨਾਂ ਨੇ ਸਾਨੂੰ ਡੋਨੇਟ ਕੀਤੇ ਨੇ ਦਸਵੰਧ ਦੇ ਰੂਪ ਦੇ ਵਿੱਚ। ਆਪਾਂ ਇਹਨੂੰ ਵੇਸਟ ਨਹੀਂ ਕਰ ਸਕਦੇ। ਵੀ ਵਾਂਟ ਐਕਚੁਲੀ ਬ੍ਰਾਈਬ ਯੂ ਈਵਨ ਸਿੰਗਲ ਪੌਂਡ, ਵੀ ਗੋਨਾ ਲੀਵ ਦਿਸ ਪਲੇਸ ਐਜ਼ ਇਟ ਇਜ਼, ਯੂ ਆਰ ਨੋਟ ਅਲਾਊਇੰਗ ਅਸ ਟੂ ਐਕਚੁਲੀ ਡੂ ਐਨੀ ਕਾਇੰਡ ਆਫ ਚੈਰਿਟੀ ਵਰਕ ਓਵਰ ਹੇਅਰ, ਇਟਸ ਓਕੇ, ਬਟ ਵੀ ਕੈਨ ਨੋਟ ਡੂ ਬਾਈ ਬ੍ਰਾਈਬਿੰਗ, ਨੋ ਨੋ ਨੋ, ਇਹ ਸਾਡੇ ਵਾਸਤੇ ਪੋਸੀਬਲ ਨਹੀਂ ਹੈਗਾ। ਖੈਰ ਉਹਨਾਂ ਨੇ ਬ੍ਰਿਟਿਸ਼ ਅੰਬੈਸੀ ਨੂੰ ਕਾਲ ਕੀਤੀ, ਬ੍ਰਿਟਿਸ਼ ਅੰਬੈਸੀ ਇਨਵੋਲਵ ਹੋਈ, ਰਾਤ ਨੂੰ ਕਰੀਬ 12 ਵਜੇ ਉਹਨਾਂ ਨੇ ਐਂਟਰੀ ਦਿੱਤੀ ਉਹਨਾਂ ਨੂੰ। ਉਹ ਕਹਿੰਦੇ ਜਾਓ, ਕਹਿੰਦੇ ਗੁਰੂ ਵਰਤਦਾ ਆ, ਬੀਂਗ ਏ ਬਿਲੀਵਰ ਸਮ ਟਾਈਮ ਵੈਸੇ ਜਦੋਂ ਜਾ ਰਹੇ ਨਾ ਬਾਹਰ, ਬਿਲਕੁਲ ਕਾਲਾ ਅਫਰੀਕਨਸ ਦਾ ਕੰਟਰੀ ਹੋ ਅਤੇ ਬਾਹਰ ਜਾ ਰਹੇ, ਅਤੇ ਕਿਸੇ ਨੇ ਆਵਾਜ਼ ਦੇ ਕੇ ਕਿਹਾ ਸਤਿ ਸ਼੍ਰੀ ਅਕਾਲ ਸਰਦਾਰੋ, ਐਂਡ ਦੇ ਵਰ ਲੁਕਿੰਗ ਹੇਅਰ ਐਂਡ ਦੇਅਰ, ਹੂ ਇਜ਼ ਐਕਚੁਲੀ ਸੇਇੰਗ ਸਤਿ ਸ਼੍ਰੀ ਅਕਾਲ ਸਰਦਾਰੋ, ਬਿਲਕੁਲ ਕਾਲੇ ਰੰਗ ਦਾ ਸ਼ਾਹ ਮੂਲ ਦਾ ਬੰਦਾ, ਸੀਮਸ ਲਾਈਕ ਹੀ ਇਜ਼ ਆਲਸੋ ਐਕਚੁਲੀ ਅਫਰੀਕਨ ਪਰਸਨ ਹੂ ਇਜ਼ ਕਮਿੰਗ ਨੀਅਰ ਟੂ ਦੈਮ, ਐਂਡ ਉਹਨੇ ਆਪਣੀ ਇੰਟਰੋਡਕਸ਼ਨ ਦਿੱਤੀ। ਪਤਾ ਲੱਗਾ ਇਹ ਨਾ ਪਾਕਿਸਤਾਨ ਦਾ ਪੰਜਾਬੀ ਹੈ, ਇੱਥੇ ਕੰਮ ਕਾਰ ਕਰਦਾ, ਲੰਬੇ ਸਮੇਂ ਤੋਂ ਰਹਿੰਦਾ। ਉਹ ਕੋਲੋਂ ਲੰਘਦਾ ਹੋਇਆ ਕਹਿੰਦਾ ਸਰਦਾਰੋ, ਦੇ ਆਰ ਨੋਟ ਗੋਨਾ ਲੀਵ ਯੂ, ਐਕਚੁਲੀ ਬਲੀਵ ਮੀ, ਉਹ ਇਸ ਤਰੀਕੇ ਨਾਲ ਕਹਿ ਰਿਹਾ ਇਹਨਾਂ ਨੂੰ। ਅਤੇ ਉਹ ਕਹਿੰਦੇ ਤੂੰ ਸਾਨੂੰ ਡਰਾ ਰਿਹਾ ਕਿ ਸਾਡੀ ਮਦਦ ਕਰ ਰਿਹਾ? ਕਹਿ ਲੈਂਦਾ ਚਲੋ ਫਿਰ ਮਦਦ ਵੀ ਕਰ ਦਿੰਦਾ। ਇੰਨਾ ਚੇਤੇ ਰੱਖਿਆ ਜੇ ਜਿਹੜੀ ਗੱਡੀ 'ਚ ਬਿਠਾਉਣ ਨਾ ਵਿਆਜ ਨਾ। ਮੈਨੂੰ ਇਹ ਗੱਲ ਸਰਦਾਰ ਅਮਰੀਕ ਸਿੰਘ ਰਾਣਾ ਨੇ ਖੁਦ ਦੱਸੀ ਸਾਰੇ ਦੀ ਸਾਰੇ, ਉਹ ਨਾਲ ਉਸ ਵਕਤ ਮੌਜੂਦ ਸੀ, ਦੋ ਹੀ ਬੰਦੇ ਸੀ, ਇੱਕ ਹੋਰ ਨਜਵੇਸ ਸਰਦਾਰ ਸਾਹਿਬ ਸੀ। ਉਹ ਕਹਿੰਦੇ ਜਦੋਂ ਅਗੇਨ ਡੂ ਨੋਟ ਫਰਗੈਟ ਐਕਚੁਲੀ ਦਾ ਟ੍ਰੇਲ ਵੇਅਰ ਵੀ ਕਮਿੰਗ ਫਰੋਮ, ਪੈਸਾ ਗੰਢ ਅਤੇ ਬਾਣੀ ਕੰਠ, ਵੈਨ ਵੀ ਨੋ ਬਾਣੀ ਬਾਏ ਹਾਰਟ, ਯੂ ਹੈਵ ਨੋ ਆਈਡੀਆ ਵਟ ਯੂਰ ਕੈਰਿੰਗ ਇਨ ਯੂਰ ਹਾਰਟ, ਦੈਟ ਇਜ਼ ਦਾ ਰੀਅਲ ਟ੍ਰੈਜਰ। ਉਹ ਕਹਿੰਦੇ ਵਾਈਲ ਯੂਅਰ ਲੀਵਿੰਗ ਦਾ ਏਅਰਪੋਰਟ ਹੀ ਸੁਜੈਸਟਿਡ ਅਸ, ਯੂ ਨੋ ਜਿਹੜੀ ਗੱਡੀ 'ਚ ਬਿਠਾਉਣਗੇ ਨਾ ਤੁਹਾਨੂੰ, ਉਸ ਗੱਡੀ 'ਚ ਨਾ ਬੈਠਿਆ ਜੀ, ਬਸ। ਕਹਿੰਦੇ ਵੀ ਗੋਟ ਦਾ ਆਈਡੀਆ, ਉਹ ਅੱਗੇ ਅੱਗੇ ਐਸਕੋਟ ਕਰ ਰਹੇ ਸਨ, ਆਓ ਆਓ ਇਸ ਕਮ ਹੇਅਰ ਸੀਟ ਇਨ ਦਿਸ ਕਾਰ। ਇਸ ਤਰੀਕੇ ਨਾਲ ਅਸੀਂ ਦੋਨੋਂ ਜਣੇ ਬਿਲਕੁਲ ਗੱਡੀ ਦੇ ਨੇੜੇ ਚਲੇ ਗਏ, ਆਪਣੀ ਜੇਬ 'ਚ ਮੈਂ ਹੱਥ ਪਾਏ, ਹੱਥ ਪਾ ਕੇ 50 ਪਾਉਂਡ ਦਾ ਨੋਟ ਜਿਹੜਾ ਹੁੰਦਾ ਉਹ ਮੈਂ ਹੱਥ 'ਚ ਫੜ ਲਿਆ, ਅਤੇ ਜਿੱਥੇ ਬਿਠਾਉਣ ਲੱਗੇ ਉੱਥੋਂ ਅਸੀਂ ਦੋਨੋਂ ਜਣੇ ਦੌੜ ਕੇ, ਸਭ ਤੋਂ ਪਿੱਛੇ ਜਿਹੜੀ ਟੈਕਸੀ ਖੜੀ ਸੀ ਨਾ ਉਹਦੇ ਵਿੱਚ ਜਾ ਕੇ ਅਸੀਂ ਬੈਠ ਗਏ, ਅਤੇ ਟੈਕਸੀ ਡਰਾਈਵਰ ਨੂੰ ਅਸੀਂ 50 ਪਾਉਂਡ ਦਿੱਤੇ। ਅਸੀਂ ਕਿਹਾ ਐਕਚੁਲੀ ਯੂ ਨੋ ਲੈਟਸ ਗੋ, ਉਹ ਰਾਈਟ ਉਹਨੇ ਗੱਡੀ ਰੋਡ 'ਤੇ ਪਾ ਲਈ। ਅਜੇ ਉਹਨੇ ਗੱਡੀ ਰੋਡ 'ਤੇ ਪਾਈ,
ਰਾਈਟ ਵੇ ਦੋ ਗੱਡੀਆਂ ਸਾਨੂੰ ਪਿੱਛੇ ਫੋਲੋ ਕਰਨ ਲੱਗੀਆਂ। ਉਹ ਕਾਲਾ ਡਰਾਈਵਰ ਕਹਿੰਦਾ ਹੈ ਤੁਹਾਡੇ 50 pound ਨਾ ਦੇ ਗੋ ਨਾ ਐਚਲੀ ਯੂ ਨੋ ਦੇਰ ਇਜ਼ ਮਾਈ ਲਾਈਫ ਟੂ ਦਿਸ ਆਈ ਸ਼ੁੱਡ ਨੋਟ ਹੈਵ ਟੇਕਨ ਯੂਰ 50 pounds ਯੂ ਨੋ ਦਿਸ ਇਜ਼ ਕਾਇੰਡ ਆਫ ਬਿਗ ਟਾਈਮ ਰਿਸਕ ਫੋਰ ਮੀ ਟੂ। ਅਸੀਂ ਉਹਨੂੰ ਕਿਹਾ ਯੂ ਨੋ ਨਾਓ ਐਚਲੀ ਵੀ ਆਰ ਟੁਗੈਦਰ ਬੀਂਗ ਏ ਹਿਊਮਨ ਬੀਂਗ ਐਂਡ ਐਜ਼ ਵੈਲ ਐਜ਼ ਐਜ਼ ਏ ਕੈਬ ਡਰਾਈਵਰ ਯੂ ਸ਼ੁੱਡ ਐਚਲੀ ਯੂ ਸ਼ੁੱਡ ਨੋਟ ਸੇ ਦੀਸ ਕਾਇੰਡ ਆਫ ਥਿੰਗਸ। ਕਹਿੰਦਾ ਇਟਸ ਓਕੇ ਆਈ ਵਿਲ ਟਰਾਈ ਮਾਈ ਬੈਸਟ। ਉਹ ਵਿੱਚੋਂ ਲੁਕਵੇਂ ਰੋਡ ਵੇਖਣ ਲੱਗਾ, ਨਾਲ ਹੀ ਉਹਨੇ ਅਮਰੀਕ ਸਿੰਘ ਜੀ ਬੈਠੇ ਕੋਲ, ਕਹਿੰਦੇ ਮੈਨੂੰ ਕਹਿੰਦਾ ਆ ਜਿਹੜੀ ਇਹ ਮੈਪ ਬੁੱਕ ਫੋਲ, ਆਪਣਾ ਹੋਟਲ ਦਾ ਐਡਰੈਸ ਦੱਸ ਅਤੇ ਮੈਂ ਦੇਖਦਾ ਕਿਹੜੀ ਸਟਰੀਟ ਤੋਂ ਮੈਂ ਲਿਜਾ ਸਕਦਾ। ਗੱਡੀਆਂ ਫੋਲੋ ਕਰ ਰਹੀਆਂ ਨੇ ਪਿੱਛੇ। ਅਮਰੀਕ ਸਿੰਘ ਕਹਿੰਦੇ ਮੈਂ ਫਟਾਫਟ ਉਹ ਮੈਪ ਬੁੱਕ ਫੋਲ ਰਿਹਾ ਅਤੇ ਰਾਹ ਵੇਖ ਰਿਹਾ, ਮੇਰੇ ਪਿੱਛੇ ਸੱਜਣ ਬੈਠੇ ਨੇ, ਮੈਨੂੰ ਐਗਜੈਕਟਲੀ ਨਹੀਂ ਪਤਾ ਸ਼ਾਇਦ ਰਵੀ ਸਿੰਘ ਹੋਣਗੇ, ਮੈਨੂੰ ਐਗਜੈਕਟਲੀ ਨਾਮ ਨਹੀਂ ਯਾਦ, ਦੈਟਸ ਵਾਈ ਆਮ ਨੋਟ ਸੇਇੰਗ ਇਟ, ਮੇ ਬੀ ਐਚਲੀ ਰਵੀ ਸਿੰਘ ਹੋਏ। ਅਤੇ ਉਹ ਪਿੱਛੇ ਬੈਠਾ ਹੋਇਆ ਸੱਜਣ ਕਹਿੰਦਾ ਅਮਰੀਕ ਗਿਵ ਮੀ ਦਿਸ ਐਚਲੀ ਬੁੱਕ। ਉਹਨਾਂ ਨੇ ਬੁੱਕ ਮੇਰੇ ਤੋਂ ਲੈ ਲਈ, ਕਹਿੰਦਾ ਯੂ ਨੋ ਅਮਰੀਕ ਵਟ ਬਾਣੀ ਡੂ ਯੂ ਨੋ ਬਾਏ ਹਾਰਟ। ਕਹਿੰਦਾ ਮੈਂ ਉਹਨੂੰ ਕਿਹਾ ਵੀ ਨਿਤਨੇਮ ਦੀਆਂ ਬਾਣੀਆਂ ਆਉਂਦੀਆਂ ਨੇ, ਜਪਜੀ ਸਾਹਿਬ ਆਉਂਦਾ, ਜਾਪ ਸਾਹਿਬ ਆਉਂਦਾ। ਕਹਿੰਦਾ ਓਕੇ ਸਟਾਰਟ ਰਿਸਾਈਟਿੰਗ ਬਾਣੀ, ਯੂ ਨੋ ਜੋ ਹੈਲਪ ਕਰਨੀ ਬਾਬਾ ਜੀ ਨੇ ਕਰਨੀ ਹੈ। ਕਹਿੰਦੇ ਮੈਂ ਕਿਹਾ ਕਮਾਲ ਹੋ ਗਈ, ਆਈ ਨੈਵਰ ਰਿਲਾਈਜ਼ ਦੈਟ। ਕਹਿੰਦਾ ਮੈਂ ਉਹਨੂੰ ਬੁੱਕ ਫੜਾਈ, ਅੱਖਾਂ ਬੰਦ ਕੀਤੀਆਂ ਐਂਡ ਆਈ ਸਟਾਰਟ ਰਿਸਾਈਟਿੰਗ ਬਾਣੀ। ਮੈਂ ਜਦੋਂ ਸਰਦਾਰ ਸਾਹਿਬ ਨੂੰ ਦੱਸ ਰਿਹਾ ਅਮਰੀਕ ਸਿੰਘ ਜੀ, ਮੈਂ ਉਹਨੂੰ ਪੁੱਛ ਰਿਹਾ ਕਿ ਮੈਂ ਵਟ ਹੈਪਨ ਆਫਟਰ ਦੈਟ। ਕਹਿੰਦਾ ਵਟ ਆਰ ਯੂ ਆਸਕਿੰਗ, ਤੇਰੇ ਸਾਹਮਣੇ ਬੈਠਾ। ਇਹ ਗੱਲਾਂ ਸਾਡੀਆਂ ਹੋ ਰਹੀਆਂ, ਅਸੀਂ ਇੰਡੀਆ ਬੈਠੇ ਕਿਸੇ ਜਗ੍ਹਾ ਦੇ ਉੱਤੇ ਅਤੇ ਕੋਈ ਲੰਮੀ ਡਿਸਕਸ਼ਨ ਚੱਲ ਰਹੀ, ਉਹਦੇ 'ਚ ਗੱਲ ਹੋ ਰਹੀ ਮਹਿਫਲ ਦੇ ਵਿੱਚ। ਕਹਿੰਦੇ ਤੇਰੇ ਸਾਹਮਣੇ ਬੈਠਾ। ਕਹਿੰਦਾ ਸਮਹਾਓ ਰਾਹ ਲੱਭ ਗਿਆ, ਹੋਟਲ ਚਲੇ ਗਏ, ਬੜੇ ਕੰਮ ਕੀਤੇ ਸੀ, ਬੜਾ ਕੁਝ ਕੀਤਾ ਉਸ ਰੂਪ ਦੇ ਵਿੱਚ। ਪਰ ਇਨ ਡੀਡ ਇਸ ਤੋਂ ਪਹਿਲਾਂ ਸਾਡੀ ਟੈਕਸੀ ਨੂੰ ਕੁਛ ਹੁੰਦਾ, ਕੁਛ ਉਹ ਕਰਦੇ, ਕਹਿੰਦੇ ਅਸੀਂ ਘਬਰਾਹਟ ਨਾਲ ਹੀ ਮਰ ਜਾਣਾ ਸੀ। ਵੀ ਮਾਈਟ ਹੈਵ ਡਾਇਡ ਡਿਊ ਟੂ ਫੀਅਰ ਫੈਕਟਰ, ਡਿਊ ਟੂ ਐਨ ਐਗਜ਼ਾਇਟੀ, ਡਿਊ ਟੂ ਸਮ ਸੋਰਟ ਆਫ ਯੂ ਕੈਨ ਸੇ ਇਹ ਚੀਜ਼ਾਂ ਨੇ। ਦੈਟਸ ਵਾਈ ਆਲਵੇਜ਼ ਟਰਾਈ ਟੂ ਐਕਚੁਲੀ ਗੈਟ ਸਮ ਬਾਣੀ ਔਰ ਯੂ ਨੋ ਸਮ ਬਾਣੀ ਬਾਏ ਹਾਰਟ, ਇਸ ਕਰਕੇ ਕਿਹਾ ਜਾਂਦਾ। ਇਹ ਜਿਹੜੀ ਚੀਜ਼ ਹੈ ਅਸੀਂ ਬੈਕ ਐਂਡ ਫੋਰਥ ਪੜ੍ਹਦੇ ਹਾਂ, ਇਹਦੇ ਨਾਲ ਇਹਦੇ 'ਚ ਵੀ ਹੈਲਪ ਮਿਲੇਗੀ। ਲੈਟਸ ਕਮ ਟੂਵਰਡ ਦਾ ਬਾਣੀ ਸਾਹਿਬ। ਆਪਾਂ ਪੜ੍ਹਿਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਓਕੇ, ਮੈਂ ਆਦ ਅਤੇ ਜੁਗਾਦ ਤੁਹਾਡੀ ਸਕਰੀਨ ਦੇ ਸਾਹਮਣੇ, ਆਈ ਵਿਲ ਡਿਸਕਸ ਇਟ ਆਫਟਰਵਰਡ, ਬਟ ਬਿਫੋਰ ਦੈਟ ਲੈਟ ਮੀ ਐਕਚੁਲੀ ਡਿਸਕਸ ਟੂ ਵਰਡਸ ਵਿਦ ਯੂ। ਵਨ ਇਜ਼ ਹੈਪੀ ਅਤੇ ਹੋਸੀ ਪੀ। ਪਲੀਜ਼ ਹੈਸੀਟੇਟ ਕਰਨ ਦੀ ਲੋੜ ਨਹੀਂ ਹੈ, ਜਿੱਥੇ ਮੈਂ ਪੁੱਛਾਂ ਬਿਨਾਂ ਸ਼ੱਕ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ ਓਪਨਲੀ ਉਸ ਰੂਪ ਦੇ ਵਿੱਚ। ਓਕੇ, ਜੇ ਆਪਾਂ ਕਹੀਏ ਹੈਪੀ, ਵਟ ਡਜ਼ ਹੈਪੀ ਮੀਨ? ਹੈਪੀ ਇਹਦਾ ਮਤਲਬ ਕੀ ਹੋਏਗਾ? ਹੈਗਾ ਆ ਮੀਨ ਹੈਪੀ ਪ੍ਰੈਜੈਂਟ ਰਾਈਟ ਨਾਓ ਵਾਹਿਗੁਰੂ ਐਗਜ਼ਿਸਟ। ਓਕੇ, ਹੋਸੀ ਪੀ ਹੋਏਗਾ ਇਨ ਫਿਊਚਰ। ਸੋ ਵੀ ਗੈਟ ਦਾ ਆਈਡੀਆ। ਓਕੇ, ਹੈਪੀ ਮੀਨ ਪ੍ਰੈਜੈਂਟ, ਹੋਸੀ ਪੀ ਮੀਨ ਫਿਊਚਰ। ਸੋ ਨਾਓ ਵੀ ਹੈਵ ਓਨਲੀ ਵਨ ਯੂ ਕੈਨ ਸੇ ਟੈਂਸ, ਦੈਟ ਇਜ਼ ਪਾਸਟ। ਸਾਡੇ ਕੋਲ ਟਾਈਮ ਨੂੰ ਡਿਫਾਈਨ ਕਰਨ ਵਾਸਤੇ ਹੁਣ ਇੱਕ ਚੀਜ਼ ਬਚੀ, ਪਾਸਟ। ਪਰ ਸਾਡੇ ਕੋਲ ਵਰਡ ਆ ਗਏ ਦੋ, ਆਦ ਅਤੇ ਜੁਗਾਦ। ਨਾਓ ਵਿਚ ਮੀਨਸ ਪਾਸਟ, ਐਕਚੁਲੀ ਵਿਚ ਮੀਨਸ ਇਹਦੇ ਨਾਲ ਜਿਹੜਾ ਹੈਗਾ, ਕਿਹਦੇ ਤੋਂ ਅਸੀਂ ਕਹਾਂਗੇ ਕਿ ਭੂਤਕਾਲ ਆ, ਕਿਹਦੇ ਤੋਂ ਕਹਾਂਗੇ ਕਿ ਇਹ ਬੀਤੇ ਦੀ ਗੱਲ ਹੋ ਰਹੀ ਹੈ। ਆਦ ਅਤੇ ਜੁਗਾਦ ਦੋ ਹੋ ਗਏ। ਇੱਕ ਪਲ ਹੋਰ ਮੈਂ ਤੁਹਾਡੇ ਨਾਲ ਰਹਿੰਦਾ ਵਾਂ। ਦੇਖੋ, ਗੁਰਬਾਣੀ ਦੀ ਜਿਹੜੀ ਗਲੋਰੀ ਹੈ ਨਾ, ਇਟਸ ਅਮੇਜ਼ਿੰਗ। ਸਮਟਾਈਮ ਵੀ ਸੇ ਵਰਡ ਵਾਹਿਗੁਰੂ ਔਰ ਵਾਹਿਗੁਰੂ। ਡੂ ਯੂ ਨੋ ਵਟ ਇਜ਼ ਇਟ ਮੀਨ? ਤੁਹਾਨੂੰ ਆਈਡੀਆ ਦਾ ਮਤਲਬ ਕੀ ਹੈ? ਇਹਦਾ ਮਤਲਬ ਆ, ਵੈਨ ਵੀ ਡੋਂਟ ਹੈਵ ਐਨੀ ਅਦਰ ਵਰਡ ਟੂ ਐਕਸਪਲੇਨ ਆਵਰ ਫੀਲਿੰਗਸ, ਟੂ ਐਕਸਪ੍ਰੈਸ ਆਵਰ ਐਕਚੁਲੀ ਰੀਅਲ ਕਾਇੰਡ ਆਫ ਪਲੈਜਰ, ਦੈਟ ਟਾਈਮ ਵੀ ਯੂਜ਼ ਦਿਸ ਵਰਡ ਵਾਹਿਗੁਰੂ। ਓ ਗੁਰੂ ਆਈ ਐਮ ਅਮੇਜ਼ਡ, ਓ ਗੁਰੂ ਆਈ ਐਮ ਬਿਯੋਂਡ ਐਕਸਪਲੇਨੇਸ਼ਨ, ਆਈ ਕੈਨ ਨੋਟ ਐਕਸਪਲੇਨ
what I have, what I feel. Wah Guru. When we recite and read Gurbani in a proper way, we gonna get on that level where our internal kind of, you can say, jehdi saadi spirit ya, oh awaaz de ke kahegi, wah Guru. Beyond explanation. What can I say over here? ਹੁਣ ਥੋੜ੍ਹੇ ਮੇਰੇ ਨਾਲ ਰਿਆਜ ਆਦ ਜੁਗਾਦ ਦੋ ਵਰਡ ਨੇ ਇੱਥੇ ਗੁਰੂ ਨਾਨਕ ਸਾਹਿਬ ਜਦੋਂ ਆਪਣੇ ਟਾਈਮ ਦੇ ਵਿੱਚ ਨਾ ਉਹ ਲੋਕਾਂ ਨੂੰ ਸੱਚ ਨਾਲ ਐਸੋਸੀਏਟ ਕਰ ਰਹੇ ਸੀਗੇ ਸੱਚਿਆਰ ਬਣਾ ਰਹੇ ਸੀਗੇ ਦੈਟ ਟਾਈਮ ਕੀ ਹੋਇਆ ਕਿ ਗੁਰੂ ਸਾਹਿਬ ਦੇ ਨਾਲ ਬੜੇ ਲੋਕਾਂ ਨੇ ਡਿਬੇਟਸ ਕੀਤੀਆਂ ਪੀਪਲ ਹੂ ਵਰ ਹੈਵਿੰਗ ਸਮ ਸੋਰਟ ਆਫ ਡਿਬੇਟ ਵਿਦ ਗੁਰੂ ਨਾਨਕ ਸਾਹਿਬ ਦੇ ਵਰ ਨੋਟ ਮੌਲਵੀ ਮੁਲਾਣੇ ਕਾਇੰਡ ਆਫ ਯੂ ਕੈਨ ਸੇ ਇਸਲਾਮਿਕ ਸਕਾਲਰਸ ਨੋ 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 They talk to Guru Nanak Sahib, they debate, but very, you can say, on a minimal level. Bahut thode je paddar the. There were Brahmins, they also actually try to have some debates with Guru Nanak Sahib, and they also actually just have a little bit here and there. People who tried to challenge Guru Nanak Sahib again and again, you know who were those people? Yogi. Yogis. They tried to challenge Guru Nanak Sahib again and again. ਉਹ ਗੁਰੂ ਨਾਨਕ ਸਾਹਿਬ ਨੂੰ ਵਾਰ ਵਾਰ ਚੈਲੰਜ ਕਰਦੇ ਖਾਸ ਕਰਕੇ ਸਾਡੇ ਯੰਗ ਬੱਚੇ ਬੈਠੇ ਨੇ ਇੱਥੇ ਸਾਨੂੰ ਪਤਾ ਵੀ ਲਵ ਟੂ ਲਿਸਨ ਸੌਂਗਸ ਯੂ ਨੋ ਆਲ ਦਾ ਟਾਈਮ ਐਂਡ ਵੈਨ ਵੀ ਟਾਕ ਅਬਾਊਟ ਸੌਂਗਸ ਸੌਂਗਸ ਮੀਨ ਅ ਵਰਾਇਟੀਫੁਲ ਕਾਇੰਡ ਆਫ ਥਿੰਗਸ ਨਾਓ ਡੇਜ ਐਵਰੀਥਿੰਗ ਇਜ਼ ਕਮਿੰਗ ਅੰਡਰ ਦਾ ਵਨ ਨੇਮ ਦੈਟ ਇਜ਼ ਰੈਪ ਉਲਡਾ ਰੈਪਰਾਂ ਨੇ ਕੀਤਾ ਸਾਰਾ ਤਾਂ ਡਬ 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 ਪਰ ਅਸੀਂ ਸੌਂਗ ਦੇ ਚਲੇ ਜਾਓਗੇ ਸਾਡੀ ਆਪਣੀਆਂ ਬਹੁਤ ਪੁਰਾਣੀਆਂ ਫੋਕਲੋਰ ਦੀਆਂ ਟ੍ਰੈਡੀਸ਼ਨਸ ਨੇ ਵੀ ਹੈਵ ਵੈਰੀ ਰਿਚ ਫੋਕਲੋਰ ਟ੍ਰੈਡੀਸ਼ਨਸ I wish we have more time, we actually engage our youngsters more toward our culture so that they can get a little bit idea of our culture or our spiritual school by understanding our culture. Because these things are very good, very good, very good. We don't know what to do. When I was talking about it, when we go to this, the folklore, which was all praised by the people in the Sikhi context, they were the yogis. ਯੋਗੀਜ਼ ਆਰ ਹੇਅਰ ਐਂਡ ਦੇਅਰ ਮਤਲਬ ਉਹਨਾਂ ਦਾ ਜ਼ਿਕਰ ਬੜਾ ਮਿਲਦਾ ਅਤੇ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਵੀ ਯੋਗੀਆਂ ਦਾ ਬੜਾ ਜ਼ਿਕਰ ਮਿਲ ਰਿਹਾ ਉੱਥੇ ਯੋਗੀ ਗੁਰੂ ਬਾਬਾ ਜੀ ਨਾਲ ਬਾਤ ਕਰਦੇ ਨੇ ਐਂਡ ਵੈਨ ਗੁਰੂ ਸਾਹਿਬ ਐਕਚੁਲੀ ਹੈਵ ਟਾਈਮ ਗੁਰੂ ਸਾਹਿਬ ਵੈਂਟ ਆਲ ਦਾ ਵੇ ਟੂ ਦਾ ਹਿਮਾਲੀਅਨਸ ਟੂ ਸੀ ਦਾ ਯੋਗੀਜ਼ ਐਂਡ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਦੇ ਆਰ ਦਾ ਇੰਟਲੈਕਚੁਅਲ ਵੰਸ ਓਕੇ ਆਪਾਂ ਨੂੰ ਪਤਾ ਲੱਗਾ ਵਰਡ ਆਦ ਅਤੇ ਜੁਗਾਦ ਇੱਕ ਕੰਪਲੀਟ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ which has been actually produced by Guru Nanak Sahib while Guru Sahib is talking with the yogis and that bani's name is Sidh Gosht. Sidh means bhi yogi hunda. So, us bani de vich tuhanu sawal jawab mil gaye. Yogis are asking question to Guru Nanak Sahib and Guru Nanak Sahib is answering his their questions. Okay. Ode vich yogiyan ne ek sawal puchya. Baba ji nu pata ki puchde? Baba ji kehnde, you know, we get the idea what does jugad mean? Jugad mean pata ki hunda hai? Jug plus aad. ਯੁੱਗ ਦੀ ਟ੍ਰਾਂਸਲੇਸ਼ਨ ਦੋ ਰੂਪਾਂ ਦੇ ਵਿੱਚ ਆ ਇੱਕ ਹੈਗਾ ਯੁੱਗ ਦਾ ਮਤਲਬ ਹੁੰਦਾ ਸਮਾਂ ਟਾਈਮ ਵੈਨ ਦ ਟਾਈਮ ਬਿਗਨਸ ਜਦੋਂ ਸਮਾਂ ਸਟਾਰਟ ਹੋਇਆ ਸੈਕਿੰਡ ਯੁੱਗ ਦਾ ਮਤਲਬ ਹੁੰਦਾ ਦੋ ਜੋੜਾ ਵੈਨ ਐਕਚੁਲੀ ਵਨ ਕਨਵਰਟਿਡ ਹਿਮ ਔਰ ਹਰ ਸੈਲਫ ਇਨ ਸੈਕਿੰਡ ਸ਼ੇਪ ਉਦੋਂ ਸ਼ੁਰੂ ਹੋਇਆ ਮੇਨ ਬਿਗਨਿੰਗ ਇਜ਼ ਜੁਗਾਦ ਬਿਗਨਿੰਗ ਜੁਗਾਦ ਤੋਂ ਹੁੰਦੀ ਹੈ ਯੁੱਗ ਤੋਂ ਸਮੇਂ ਤੋਂ ਕਾਲ ਤੋਂ ਚੀਜ਼ ਹੁੰਦੀ ਹੈ ਅੱਜ ਅਸੀਂ ਹਰ ਚੀਜ਼ ਸਮੇਂ 'ਚ ਦੇਖਦੇ ਹਾਂ ਜੇ ਸਮਾਂ ਨਾ ਹੋਏ ਦੈਨ ਨਥਿੰਗ ਸਮੇਂ ਦੇ ਵਿੱਚ ਹਰ ਚੀਜ਼ ਐਗਜ਼ਿਸਟ ਕਰਦੀ ਹੈ ਟਾਈਮ ਦੇ ਫਰੇਮ ਵਿੱਚ ਹਰ ਚੀਜ਼ ਐਗਜ਼ਿਸਟ ਕਰਦੀ ਹੈ ਤੁਸੀਂ ਟਾਈਮ ਦਾ ਫਰੇਮ ਚੱਕ ਦਿਓ ਦੈਨ ਨਥਿੰਗ ਕੁਛ ਵੀ ਐਗਜ਼ਿਸਟ ਨਹੀਂ ਕਰਦਾ ਈਵਨ ਨਥਿੰਗ ਵਰਡ ਇਟਸੈਲਫ ਐਕਚੁਅਲੀ ਉਹਦੀ ਕੋਈ ਪ੍ਰੈਜੈਂਸ ਨਹੀਂ ਰਹਿ ਜਾਂਦੀ ਯੋਗੀ ਗੁਰੂ ਬਾਬਾ ਜੀ ਨੂੰ ਪੁੱਛਦੇ ਯੂ ਨੋ ਵੀ ਗੈਟ ਦਾ ਆਈਡੀਆ ਵਟ ਯੂ ਮੀਨ ਬਾਏ ਜੁਗਾਦ ਵੈਨ ਦਾ ਟਾਈਮ ਸਟਾਰਟਸ ਓਕੇ ਕੈਨ ਯੂ ਟੈਲ ਅਸ
ਵਟ ਡਜ਼ ਆਦ ਮੀਨ? ਇਹ ਪਹਿਲੀ ਵਾਰੀ ਯੋਗੀਆਂ ਨੇ ਪੁੱਛਿਆ ਸੀ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਕਹਿੰਦੇ ਰਹੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨੋ ਵਨ ਹੈਡ ਐਨੀ ਆਈਡੀਆ ਵਟ ਗੁਰੂ ਸਾਹਿਬ ਇਜ਼ ਸੇਇੰਗ ਹੇਅਰ। ਯੋਗੀ ਇਜ਼ ਵਰ ਆਸਕਿੰਗ ਗੁਰੂ ਸਾਹਿਬ, ਓਕੇ ਵੀ ਗੋਟ ਦਾ ਆਈਡੀਆ ਜੁਗਾਦ, ਬਟ ਲੈਟ ਅਸ ਐਕਚੁਅਲੀ ਐਕਸਪਲੇਨ ਵੀ ਜੁਗਾਦ ਦੇ ਨਾਲ ਆਦ ਦਾ ਕੀ ਕਨਸੈਪਟ ਆ। ਅਤੇ ਬਾਬਾ ਜੀ ਦਾ ਸਵਾਲ ਹੈ, ਸਿੱਧੂ ਗੋਸ਼ ਸਵਾਲ ਪੁੱਛਦੇ ਨੇ, ਕਹਿੰਦੇ ਆਦ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾਂ ਕਰ ਵਾਸਾ। ਸੁਨ ਸੁਨ ਮੀਨ ਵੈਨ ਨਥਿੰਗ ਐਗਜਿਸਟ। ਬੀਂਗ ਏ ਯੰਗਸਟਰ, ਬੱਚਿਆਂ ਨੂੰ ਮੈਂ ਫਿਰ ਐਡਰੈਸ ਕਰਦਾ, ਵੱਡੇ ਤੇ ਤੁਸੀਂ ਸੁਰਤਿਆਲ ਹੋ ਕੇ ਬੈਠੇ ਹੋ, ਦੋ ਪੱਲੀ ਸੋਰੀ, ਮੈਨੂੰ ਕੁਝ ਵੀ ਕਿਹਾ ਕਿ ਭਾਈ ਸਾਹਿਬ ਤੁਸੀਂ ਬੱਚਿਆਂ ਦੇ ਲੈਵਲ 'ਤੇ ਗੱਲ ਕਰਦੇ ਹੋ, ਸਾਨੂੰ ਬਿਲਕੁਲ ਭੁੱਲ ਜਾਂਦੇ। ਨਹੀਂ ਨਹੀਂ, ਭੁੱਲਦਾ ਨਹੀਂ, ਮੈਂ ਇੰਗੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਸਾਡੇ ਨਾਲ ਸਾਡੇ ਬੱਚਿਆਂ ਤੱਕ ਵੀ ਇਨਫੋਰਮੇਸ਼ਨ ਪਾਸ ਆਨ ਹੋ ਜਾਏ। ਨਾਓਡੇਜ਼ ਇਨ ਸਾਇੰਸ ਵੀ ਐਕਚੁਅਲੀ ਲਰਨ ਅਬਾਊਟ ਇਸ ਦਿਸ ਯੂਨੀਵਰਸ, ਐਂਡ ਇਸ ਇਨ ਦਿਸ ਇਨ ਦਾ ਹੋਲ ਯੂਨੀਵਰਸ ਵੀ ਆਰ ਲਰਨਿੰਗ ਅ ਬਲੈਕ ਹੋਲ। ਇੱਕ ਨਾ ਬਲੈਕ ਹੋਲ ਆ, ਅਤੇ ਉਹਦੇ ਵੱਲ ਨੂੰ ਹਰ ਚੀਜ਼ ਵੱਧ ਰਹੀ ਹੈ ਇਸ ਤਰੀਕੇ ਨਾਲ। ਜੋ ਬਲੈਕ ਹੋਲ ਦੇ ਵਿੱਚ ਜਾਂਦੀ ਉਹ ਲੋਸਟ ਹੋ ਜਾਂਦੀ, ਖਤਮ ਹੋ ਜਾਂਦੀ, ਪਤਾ ਹੀ ਨਹੀਂ ਲੱਗਦਾ ਕਿੱਧਰ ਗਈ, ਡਨ। ਉਹ ਕਹਿੰਦੇ ਸਭ ਕੁਛ ਬਲੈਕ ਹੋਲ 'ਚ ਜਾ ਰਿਹਾ, ਸਾਡੀ ਪੂਰੀ ਜਿਹੜੀ ਸਨ ਫੈਮਿਲੀ ਹੈ ਨਾ, ਸੂਰਜ ਦਾ ਪਰਿਵਾਰ ਜਿਹਦਾ ਧਰਤੀ ਇੱਕ ਛੋਟਾ ਜਿਹਾ ਹਿੱਸਾ ਹੈ, ਉਹ ਵੀ ਉੱਧਰ ਨੂੰ ਵੱਧ ਰਿਹਾ, ਉਹਦੇ ਜਾ ਡਨ ਹੋ ਜਾਊਗਾ। ਹੁਣ ਸਾਇੰਟਿਸਟ ਰੀਸੈਂਟਲੀ ਰਿਸਰਚ 'ਚ ਇੱਕ ਲੱਭ ਰਹੇ ਨੇ, ਕਹਿੰਦੇ ਨਹੀਂ ਨਹੀਂ ਨਹੀਂ, ਐਕਚੁਅਲੀ ਉਹ ਡਨ ਨਹੀਂ ਹੋ ਰਿਹਾ, ਉਹ ਫੋਰਮ ਚੇਂਜ ਕਰ ਰਿਹਾ। ਜਿਹੜੀ ਉਹ ਫੋਰਮ ਚੇਂਜ ਹੋ ਰਹੀ ਹੈ, ਦੈਟ ਫੋਰਮ ਕਾਲਡ ਨਥਿੰਗ। ਇਹ ਫੋਰਮ ਜਿਹੜੀ ਹੈਗੀ ਹੈ ਇਹ ਨਥਿੰਗ ਆ, ਇਸ ਫੋਰਮ ਨੂੰ ਕਿਹਾ ਗਿਆ ਨਥਿੰਗ। ਇਹ ਨਥਿੰਗ ਇੱਕ ਤਰੀਕੇ ਦੀ ਉਹ ਫੋਰਮ ਹੈ ਜਿਹਦੇ 'ਚ ਅਸੀਂ ਬਾਤ ਕਰਦੇ ਕਿ ਇਹ ਜਿਹੜਾ ਸਮਥਿੰਗ ਇਜ਼ ਟੋਟਲੀ ਜਿਹੜਾ ਉਸ ਤਰੀਕੇ ਨਾਲ ਉਹ ਹੋ ਗਿਆ ਕਿ ਉਹ ਹੈ ਕਿਸੇ ਚੂਬ ਦੇ ਵਿੱਚ ਪਰ ਸਾਨੂੰ ਦਿਸਦਾ ਨਹੀਂਗਾ, ਵੀ ਡੋਂਟ ਹੈਵ ਐਨੀ ਰਿਲੇਸ਼ਨਸ਼ਿਪ ਵਿਦ ਦੈਟ। ਵਾਹਿਗੁਰੂ ਐਗਜ਼ਿਸਟ ਕਰਦਾ ਸੀ ਪਰ ਕਿਵੇਂ ਕਰਦਾ ਸੀ, ਵੀ ਹੈਵ ਨੋ ਆਈਡੀਆ, ਅਸੀਂ ਉਹਨੂੰ ਡੀਕੋਡ ਨਹੀਂ ਕਰ ਪਾਉਂਦੇ। ਬਾਬਾ ਜੀ ਨੇ ਕਿਹਾ, ਬਾਬਾ ਜੀ ਨੂੰ ਸਵਾਲ ਪੁੱਛਦੇ ਜੋਗੀ, ਓਕੇ ਆਦ ਕੀ ਹੈ, ਵੈਨ ਨਥਿੰਗ ਵਾਜ਼ ਐਗਜ਼ਿਸਟਿੰਗ ਵਟ ਵਾਜ਼ ਦੇਅਰ। ਬਾਬਾ ਜੀ ਕਹਿੰਦੇ, ਉਹ ਪੁੱਛਦੇ ਸਵਾਲ ਪੁੱਛਦੇ, ਆਦ ਕੋ ਕਵਨ ਵਿਚਾਰ ਕਥੀਅਲੇ, ਵੈਨ ਯੂ ਗੋਨਾ ਐਕਸਪਲੇਨ ਆਦ, ਹਾਊ ਯੂ ਗੋਨਾ, ਇਨ ਵਿਚ ਵਰਡਸ ਯੂ ਗੋਨਾ ਐਕਸਪਲੇਨ ਦਾ ਆਦ। ਬਾਬਾ ਜੀ ਜਵਾਬ ਦਿੰਦੇ, ਬਾਬਾ ਜੀ ਕਹਿੰਦੇ, ਆਦ ਕੋ ਬਿਸਮਾਦ ਵਿਚਾਰ ਕਥੀਅਲੇ, ਆਦ ਨੂੰ ਵਿਚਾਰਦਿਆਂ ਹੋਇਆਂ ਅਸੀਂ ਵਿਸਮਾਦ ਵਿੱਚ ਚਲੇ ਜਾਵਾਂਗੇ। ਆਈ ਨੋ ਇਟਸ ਗੋਨਾ ਬੀ ਲਿਟਲ ਹਾਰਡ, ਪਰ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਬਾਤ ਕਰਦਾ, ਥੋੜ੍ਹੀ ਜਿਹੀ ਚੀਜ਼ ਰੱਖਿਆ ਜੀ। ਸਾਡੇ ਨਾ ਫੈਮਿਲੀ ਇੱਥੇ ਬੈਠੀ ਹੋਣੀ ਪਰਿਵਾਰ ਸ਼ਾਇਦ, ਅਤੇ ਉਹਨਾਂ ਦਾ ਬੇਟਾ ਉਹ ਮੂਵੀ ਦੇਖ ਰਿਹਾ, ਮੰਮੀ ਡੈਡੀ ਦੀ ਵਿਆਹ ਦੀ ਮੂਵੀ ਦੇਖ ਰਿਹਾ, ਅਤੇ ਦੇਖਦਾ ਦੇਖਦਾ ਖਲ ਹੋਣਾ 5 ਕੁ ਸਾਲ ਦਾ, ਲੜ ਪਿਆ, ਰੋਣ ਲੱਗ ਗਿਆ। ਉਹ ਕਹਿੰਦੇ ਕੀ ਹੋਇਆ? ਕਹਿੰਦੇ ਵੇਰ ਵਰ ਆਈ ਦੈਟ ਟਾਈਮ, ਯੂ ਗਾਇਜ਼ ਹੈਵ ਸੋ ਮੱਚ ਫਨ, ਯੂ ਗਾਇਜ਼ ਐਕਚੁਅਲੀ ਫੋਰਗੈਟ ਮੀ, ਦੈਟਸ ਨੋਟ ਰਾਈਟ, ਵੇਰ ਵਾਜ਼ ਆਈ। ਉਹ ਕਹਿਣ ਵੀ ਕਮਾਲ ਹੋ ਗਈ, ਉਹ ਹੱਸਣ ਵੀ ਨਾਲੇ, ਉਹਨੂੰ ਚੁੱਪ ਕਰਾਉਣ, ਉਹ ਕਹਿਣੇ ਕੀ ਕੀਤਾ ਜਾਏ, ਦੇ ਐਕਚੁਅਲੀ ਆਸਕ ਵੀ। ਕਹਿੰਦੇ ਭਾਈ ਸਾਹਿਬ, ਹੀ ਇਜ਼ ਆਸਕਿੰਗ ਦੀਸ ਕਾਇੰਡ ਆਫ ਕੁਐਸਚਨ, ਹੀ ਸੇਇੰਗ ਯੂ ਗਾਇਜ਼ ਹੈਵ ਸੋ ਮੱਚ ਫਨ ਐਂਡ ਯੂ ਗਾਇਜ਼ ਆਰ ਗੈਟਿੰਗ ਮੈਰਿਡ ਐਂਡ ਯੂ ਫੋਰਗੈਟ ਮੀ, ਹਾਊ ਕਮ, ਵੇਰ ਵਾਜ਼ ਆਈ। ਹੁਣ ਜਦੋਂ ਤੁਸੀਂ ਆਦ ਦੀ ਵਿਚਾਰ ਕਰੋਗੇ ਨਾ, ਆਦ ਇਨ ਦਿਸ ਕੇਸ, ਹੁਣ ਤੁਹਾਨੂੰ ਸਮਝ ਆ ਗਿਆ ਆਦ ਕਿੱਥੇ ਹੋਏਗਾ। ਦੈਟ ਕਾਇੰਡ ਆਫ ਐਕਚੁਅਲੀ ਜਿਹੜਾ ਬੰਦਾ ਕਹਿੰਦਾ ਕਿੱਥੋਂ ਆ ਗਿਆ, ਜਿੱਥੋਂ ਆਏ ਹਾਂ ਅਸੀਂ ਸਾਰੇ, ਉਹ ਇੱਕ ਮੂਲ ਹੈ ਸਾਡਾ, ਉਹ ਇੱਕ ਓਂਕਾਰ ਆ। ਅਸੀਂ ਅੱਜ ਇਸ ਦੁਨੀਆ 'ਚ ਰਲ ਲੜ ਰਹੇ ਹਾਂ। ਬਾਬਾ ਜੀ ਕਹਿੰਦੇ ਜਦੋਂ ਤੁਸੀਂ ਆਦ ਦੀ ਵਿਚਾਰ ਕਰੋਗੇ ਨਾ, ਯੂ ਗੋਨਾ ਬੀ ਟੋਟਲੀ ਅਮੇਜ਼ਡ, ਵਿਸਮਾਦ ਹੋ ਜਾਓਗੇ। ਆਦ ਕੋ ਬਿਸਮਾਦ ਵਿਚਾਰ ਕਥੀਅਲੇ, ਸੁਨ ਨਿਰੰਤਰ ਵਾਸ ਲਿਆ, ਸੁਨ ਨਿਰੰਤਰ, ਹਾਂ, ਇੱਕ ਬੋਰਡ ਦੇ ਬੀਜ ਦੇ ਵਿੱਚ ਆਉਣ ਵਾਲੇ ਲੱਖਾਂ ਬੋਰਡ ਪਏ ਨੇ। ਆਪਾਂ ਰੈਸ਼ਨਲ ਸਾਈਡ ਤੋਂ ਗੱਲ ਕਰਦੇ ਨਾ,
ਸਾਡੇ 'ਚੋਂ ਬਹੁਤਿਆਂ ਨੇ ਬੋਰਡ ਦੇਖਿਆ ਹੋਣਾ, ਬੱਚਿਆਂ ਨੇ ਸ਼ਾਇਦ ਨਾ ਦੇਖਿਆ ਹੋਇਆ। ਇਟਸ ਅ ਵੈਰੀ ਹਿਊਜ ਨੇਟਿਵ ਟ੍ਰੀ ਇਨ ਪੰਜਾਬ ਇੰਡੀਆ, ਐਂਡ ਸਮ ਟਾਈਮ ਲੋਕ ਕਹਿੰਦੇ ਉਹਦੀ ਏਜ ਜਿਹੜੀ ਹੈ ਕੋਈ 400 ਤੋਂ ਲੈ ਕੇ 800-850 ਸਾਲ ਤੱਕ ਹੁੰਦੀ ਹੈ, ਅੱਗੇ ਅੱਗੇ ਵਧੀ ਜਾਂਦਾ ਇਸ ਤਰੀਕੇ ਨਾਲ। ਅਤੇ ਜੇ ਉਹ ਤਾਂ ਤੁਸੀਂ ਸੀਡ ਦੇਖੋਗੇ ਨਾ, ਸੀਡ ਇਜ਼ ਗੋਨਾ ਬੀ ਲਾਈਕ ਵੈਰੀ ਟਾਈਨੀ ਬਾਲ, ਵੈਰੀ ਸਮਾਲ ਬਾਲ, ਛੋਟੀ ਜਿਹੀ ਬਾਲ ਆ, ਇੱਡੀ ਗੋਲ ਜੀ, ਅਤੇ ਉਹ ਐਵੇਂ ਹੱਥ 'ਤੇ ਰੱਖੋ ਅਤੇ ਇਸ ਤਰੀਕੇ ਨਾਲ ਤੁਸੀਂ ਯੂ ਕੈਨ ਫੀਲ ਵੈਰੀ ਸਮਾਲ ਟਾਈਨੀ ਬਾਲ, ਐਂਡ ਸਮਨ ਇਜ਼ ਸ਼ੋਇੰਗ ਟੂ ਐਕਚੁਲੀ ਦੈਟ ਬਾਲ ਸਮਥਿੰਗ ਸਮਨ ਐਂਡ ਸੇਇੰਗ ਓਕੇ ਯੂ ਨੋ ਆਹ ਬਾਲ ਜਿਹੜੀ ਹੈ ਨਾ ਆਹ ਟ੍ਰੀ ਹੈਗਾ ਜਿਹੜਾ ਕਈ ਕਿੱਲਿਆਂ 'ਚ ਫੈਲਿਆ ਹੈਗਾ। ਯੂ ਮਾਈਟ ਲਾਫ, ਯੂ ਸੇ ਯੂ ਨੋ ਯੂਅਰ ਕ੍ਰੇਜ਼ੀ, ਬਟ ਇਨ ਡੀਟ ਦਿਸ ਇਜ਼ ਰਿਐਲਿਟੀ। ਇਹੀ ਉਹ ਅਹੰਕਾਰ ਆ। ਜਦੋਂ ਆਪਾਂ ਸੱਚ ਦੇ ਨੇੜੇ ਜਾਵਾਂਗੇ ਨਾ, ਫਿਰ ਪਤਾ ਲੱਗੇਗਾ ਇਹ ਸਾਰੀ ਚੀਜ਼ ਉਦੋਂ ਤੋਂ ਸੱਚ ਆ ਜਦੋਂ ਅਸੀਂ ਤੁਸੀਂ ਕੁਛ ਵੀ ਨਹੀਂ ਸੀਗੇ, ਆਪਣੇ ਆਪ 'ਚ ਹੋਂਦ ਸਾਰਿਆਂ ਨੂੰ ਆਪਣੇ 'ਚ ਸਮਾ ਕੇ ਬੈਠੇ ਸੀ। ਸੋ ਆਦ ਸੱਚ, ਜਦੋਂ ਹੁਕਮ ਰਜ਼ਾਈ ਚੱਲਣਾ ਦੀ ਐਕਸਪਲੇਨੇਸ਼ਨ ਕਰਾਂਗੇ ਉਦੋਂ ਵੀ ਥੋੜ੍ਹੀ ਗੱਲ ਕਰਾਂਗੇ, ਟੂਕ ਮਾਤਰ ਗੱਲ ਮੈਂ ਹੁਣ ਫਿਰ ਕਰ ਦਿੰਦਾ। ਵੈਨ ਵੀ ਟਾਕ ਅਬਾਊਟ ਰਿਐਲਿਟੀ, ਸੱਚ ਦਾ ਮਤਲਬ ਪਤਾ ਕੀ ਹੁੰਦਾ? ਅਲਟੀਮੇਟ ਰੀਅਲ, ਜਿਹੜੀ ਅਕੀਦੀ ਹਕੀਕਤ ਆ। ਆਦ ਸੱਚ, ਜਿਹੜੀ ਅਕੀਦੀ ਹਕੀਕਤ ਆ ਸੱਚ, ਉਹ ਬਿਗਨਿੰਗ ਤੋਂ ਵੀ ਪਹਿਲਾਂ ਬਿਗਨਿੰਗ ਦੇ ਵਿੱਚ ਰਿਹਾ, ਉਹ ਮੌਜੂਦ ਰਿਹਾ। ਹੁਣ ਆ ਜਾਈਏ ਰਿਐਲਿਟੀ ਨੂੰ ਸਮਝਣ ਵਾਸਤੇ। ਰਿਐਲਿਟੀ ਜਿਹੜੀ ਹੁੰਦੀ ਹੈ, ਸਭ ਤੋਂ ਪਹਿਲੀ ਰਿਐਲਿਟੀ ਹੁੰਦੀ ਗਿਵਨ ਰਿਐਲਿਟੀ, ਗਿਵਨ ਰਿਐਲਿਟੀ ਵਿੱਚ ਮਦਰ ਨੇਚਰ ਪ੍ਰੋਵਾਈਡ ਅਸ, ਦੈਟ ਇਜ਼ ਗਿਵਨ ਰਿਐਲਿਟੀ। ਦੈਨ ਵੀ ਲਿਵ ਇਨ ਸਿਚੁਏਸ਼ਨਲ ਰਿਐਲਿਟੀ। ਫਿਰ ਧਿਆਨ ਨਾਲ ਤੁਰਜ ਮੇਰੇ ਨਾਲ, ਗਿਵਨ ਰਿਐਲਿਟੀ, ਦੈਨ ਵੀ ਗੋਟ ਸਿਚੁਏਸ਼ਨਲ ਰਿਐਲਿਟੀ, ਐਂਡ ਯੂ ਨੋ ਮੋਸਟ ਆਫ ਦਾ ਟਾਈਮ ਵੀ ਡੋਂਟ ਲਿਵ ਇਨ ਟੂ ਰਿਐਲਿਟੀਜ਼। ਵੇਅਰ ਵੀ ਲਿਵ ਇਨ ਟੋਟਲੀ ਇਨ ਫੈਂਟਸੀ, ਵੀ ਲਿਵ ਟੋਟਲੀ ਆਊਟ ਆਫ ਦਾ ਰਿਐਲਿਟੀ, ਅਸੀਂ ਰਿਐਲਿਟੀ ਤੋਂ ਬਾਹਰ ਜੀਂਦੇ ਹਾਂ। ਅੱਜ ਜਿੱਦਾਂ ਸਾਡੇ ਇੱਥੇ ਜਿੰਨੀ ਮੈਰੂਆਨਾ ਦੀ ਖਪਤ ਹੋ ਰਹੀ ਹੈ, ਕੈਨਾਬੀਜ਼ ਦੀ ਜਾਂ ਹੋਰ ਬਹੁਤ ਸਾਰੇ ਡਰੱਗਸ ਦੀ, ਲੈਟ ਮੀ ਗਿਵ ਯੂ ਲਿਟਲ ਬਿਟ ਐਗਜ਼ਾਮਪਲ, ਤੁਸੀਂ ਖਾਸ ਕਰਕੇ ਵੱਡਿਆਂ ਲਈ ਬੜਾ ਬੈਨੀਫਿਸ਼ੀਅਲ ਹੋਏਗਾ ਪਰ ਛੋਟਿਆਂ ਲਈ ਬਹੁਤ ਬੈਨੀਫਿਟ ਹੋਏਗਾ। ਵੈਨ ਵੀ ਟਾਕ ਅਬਾਊਟ ਡਰੱਗਸ, ਦੇਰ ਆਰ ਐਕਚੁਲੀ 3 ਮੇਨ ਯੂ ਕੈਨ ਸੇ ਫੈਮਿਲੀਜ਼ ਆਫ ਡਰੱਗਸ। ਸਮ ਡਰੱਗਸ ਸਟਿਮੂਲੇਟ, ਸਮ ਡਰੱਗਸ ਡਿਪਰੈਸਡ, ਐਂਡ ਦੇਰ ਥਰਡ ਵਨ ਜਿਵੇਂ ਸਟਿਮੂਲੇਟ ਕਰਨ ਵਾਲਾ ਡਰੱਗ ਆ, ਓਪੀਐਮ ਦੀ ਸਾਰੀ ਫੈਮਿਲੀ ਜਿਹਦੇ 'ਚ ਅਸੀਂ ਵੱਡੇ ਜਾਣਦੇ ਹਾਂ, ਫੀਮ ਵਗੈਰਾ ਜਿਹੜੀ ਆਉਂਦੀ ਹੈ ਇਹ ਸਾਰੀ, ਕੋਕਾ ਫੈਮਿਲੀ, ਕੋਕੇਨ ਫੈਮਿਲੀ ਸਟਿਮੂਲੇਸ਼ਨ। ਫਿਰ ਜਿਹੜੀ ਡਿਪਰੈਸ ਕਰਦੀ ਹੈਗੀ ਉਹ ਵਾਲੀ ਡਰੱਗ, ਹਾਂ ਜਿਵੇਂ ਅਲਕੋਹਲ ਆ, ਪਹਿਲਾਂ ਸਟਿਮੂਲੇਟ ਕਰਦੀ, ਉਹ ਕੈਲਰੀਜ਼ ਹੁੰਦੀਆਂ ਨੇ, ਫਿਰ ਤੁਹਾਨੂੰ ਡਿਪਰੈਸ ਕਰਦੀ ਹੈ। ਤੁਸੀਂ ਕਦੀ ਸ਼ਰਾਬੀਆਂ ਨੂੰ ਦੇਖਿਆ ਹੋਏਗਾ, ਪਹਿਲਾਂ ਇੱਕਦਮ ਪੀ ਕੇ ਨਾ ਫੜਕਾ ਮਾਰਦੇ, ਥੋੜ੍ਹੀ ਦੇਰ ਬਾਅਦ ਉਹੀ ਬੈਠ ਕੇ ਰੋ ਰਿਹਾ ਹੁੰਦਾ, ਮੈਨੂੰ ਇਹਨੇ ਆਹ ਕੰਮ ਕੀਤਾ, ਮੈਨੂੰ ਆਹ ਗੱਲ ਕਿਹਾ ਸੀ, ਵਟ ਹੈਪਨ ਟੂ ਹਿਮ ਬਿਫੋਰ ਦੈਟ, ਹੀ ਵਾਜ਼ ਕਾਇੰਡ ਆਫ ਲਾਈਕ ਲਾਇਨ, ਐਂਡ ਨਾਓ ਇਜ਼ ਐਕਚੁਅਲੀ ਸ਼ੋਇੰਗ ਲਾਈਕ ਅ ਵੈਰੀ ਕਾਵਰਡ। ਵਾਈ? ਕਿਉਂਕਿ ਉਹ ਡਿਪਰੈਸ ਕਰ ਰਹੀ ਹੈ। ਇਹ ਤੀਸਰੀ ਫੈਮਿਲੀ ਹੈਗੀ ਹਲੂਸੀਨੇਸ਼ਨ। ਹਲੂਸੀਨੇਸ਼ਨ ਜਿਹੜੀ ਹੁੰਦੀ ਹੈ ਨਾ, ਇੱਕ ਹੀ ਕਰਦੀ ਹੈ ਤੁਹਾਨੂੰ ਰਿਐਲਿਟੀ ਤੋਂ, ਜਿਹੜੀ ਹੈਗੀ ਹੈ ਤੋੜ ਦਿੰਦੀ ਹੈ ਤੁਹਾਨੂੰ ਰਿਐਲਿਟੀ ਤੋਂ, ਇੱਕ ਤਰ੍ਹਾਂ ਡਿਟੈਚ, ਉਹਦੀ ਨਾਲ ਡਿਟੈਚਮੈਂਟ ਬਣ ਜਾਂਦੀ ਤੁਹਾਡੀ। ਜਿਵੇਂ ਸਪੋਜ਼ ਮੈਂ, ਮਤਲਬ ਮੈਂ ਖਾਧੀ ਨਹੀਂ ਕਦੇ ਨਾ, ਮੈਂ ਆਈ ਨੈਵਰ ਟ੍ਰਾਈਡ ਇਟ ਐਂਡ ਨੈਵਰ ਹੈਵ ਇਟ, ਸੋਰੀ ਫਾਰ ਦੈਟ। ਸਪੋਜ਼ ਆਈ ਹੈਵ ਇਟ ਐਂਡ ਆਈ ਐਮ ਸਿਟਿੰਗ ਔਨ ਦਿਸ ਸਟੇਜ ਐਂਡ ਆਈ ਐਮ ਫੀਲਿੰਗ ਲਾਈਕ ਆਈ ਐਮ ਐਕਚੁਅਲੀ ਫਲਾਇੰਗ ਇਨ ਦਾ ਸਕਾਈ, ਐਂਡ ਸਮਵਨ ਇਜ਼ ਸੇਇੰਗ ਵਾਈ, ਵਾਟ ਹੈਪਨ ਟੂ ਪਾਈਸਾ, ਉਹ ਦੂਰ ਜਾ, ਉਹ ਇਸ ਤਰੀਕੇ ਨਾਲ ਉੱਡ ਰਿਹਾ, ਜਹਾਜ਼ ਉੱਡ ਰਿਹਾ, ਮੇਰੀ ਸਟੇਜ ਉੱਡ ਰਹੀ ਹੈ। ਵਾਈ? ਬਿਕੋਜ਼ ਮੈਂ ਰਿਐਲਿਟੀ ਤੋਂ ਡਿਟੈਚਡ ਹੋ ਗਿਆ। ਬਹੁਤੇ ਨਸ਼ੇ ਬੱਚੇ ਤਾਂ ਕਰਦੇ ਨੇ ਕਿਉਂਕਿ ਉਹ ਰਿਐਲਿਟੀ ਤੋਂ ਆਪਣੇ ਆਪ ਨੂੰ ਡਿਟੈਚ ਕਰਨਾ ਚਾਹੁੰਦੇ ਨੇ। ਸਕਰੀਨ ਤੁਹਾਨੂੰ ਰਿਐਲਿਟੀ ਤੋਂ ਡਿਟੈਚ ਕਰ ਦਿੰਦੀ ਹੈ, ਇਸ ਕਰਕੇ ਸਕਰੀਨ ਚੰਗੀ ਲੱਗਦੀ ਹੈ। ਇੰਟਰਟੇਨਮੈਂਟ ਤੁਹਾਨੂੰ ਰਿਐਲਿਟੀ ਤੋਂ, ਫਿਰ ਲੈਟ ਮੀ ਐਕਚੁਅਲੀ ਗਿਵ ਵਨ ਮੋਰ ਟਾਈਮ ਐਕਚੁਅਲੀ ਦੈਟ ਸੇਮ ਥਿੰਗ। ਸਾਡੇ ਕੋਲ ਗਿਵਨ ਰਿਐਲਿਟੀ ਹੈ, ਸਾਡੇ ਕੋਲ ਸਿਚੁਏਸ਼ਨਲ ਰਿਐਲਿਟੀ ਹੈ, ਸਾਡਾ ਗੋਲ ਪਤਾ ਕੀ ਹੈ?
ਅਲਟੀਮੇਟ ਰਿਐਲਿਟੀ ਆਦਿ ਸੱਚ ਤੱਕ ਜਾਣ ਦਾ। ਦੇਖੋ ਕਿੱਡਾ ਹਾਈ ਐਂਡ ਦਾ ਗੋਲ ਹੈ ਗੁਰੂ ਨਾਨਕ ਸਾਹਿਬ ਦਾ। ਐਂਡ ਵੀ ਆਰ ਨੋਟੇਬਲ ਟੂ ਈਵਨ ਨੋਟੇਬਲ ਟੂ ਐਕਚੁਲੀ ਅੰਡਰਸਟੈਂਡ ਦ ਗਿਵਨ ਰਿਐਲਿਟੀ। ਹੁਣ ਗਿਵਨ ਰਿਐਲਿਟੀ ਨੂੰ ਸਮਝਿਆ ਜੇ, ਗਿਵਨ ਰਿਐਲਿਟੀ ਪਤਾ ਕੀ ਹੈ? ਆਈ ਗੋਟ ਦਿਸ ਲਾਈਫ ਵਿਦ ਅ ਸਰਟਨ ਕਾਇੰਡ ਆਫ ਜੈਨੇਟਿਕ ਮੇਕਅਪ। ਮੈਂ ਆਹ ਜ਼ਿੰਦਗੀ ਮਿਲੀ ਹੈ ਮੈਨੂੰ ਜਿਹਦੇ 'ਚ ਮੇਰੀ ਆਪਣੀ ਕੋਈ ਵਿਸ਼ ਨੇ ਕੰਮ ਨਹੀਂ ਕੀਤਾ, ਮੇਰੀ ਆਪਣੀ ਕਿਸੇ ਡਿਜ਼ਾਇਰ ਨੇ ਕੰਮ ਨਹੀਂ ਕੀਤਾ, ਮੈਨੂੰ ਮਦਰ ਨੇਚਰ ਨੇ ਗਿਫਟ ਕਰ ਦਿੱਤੀ, ਗਿਵਨ ਆ, ਇਟਸ ਗਿਵਨ ਟੂ ਮੀ। ਦ ਫੈਮਲੀ ਵੇਅਰ ਆਈ ਹੈਵ ਟੂ ਸੇ ਸਮਨ ਮੋਮ, ਸਮਨ ਡੈਡ, ਸਮਨ ਬ੍ਰਦਰ, ਸਮਨ ਸਿਸਟਰ, ਸਮਨ ਚਾਚਾ, ਸਮਨ ਮਾਮਾ, ਸਮਨ ਮਾਸੀ, ਦੈਟ ਹੈਜ਼ ਬਿਨ ਗਿਫਟਿਡ ਟੂ ਮੀ ਬਾਈ ਮਦਰ ਨੇਚਰ। ਦ ਹਾਊਸ ਹੋਲਡ, ਦ ਪੈਚਰੀ ਫਿਊ ਰੂਮਸ ਵਿਚ ਆਈ ਹੈਵ ਟੂ ਸੇ ਦਿਸ ਇਜ਼ ਮਾਈ ਹਾਊਸ, ਦਿਸ ਇਜ਼ ਮਾਈ ਹੋਮ, ਦਿਸ ਇਜ਼ ਮਾਈ ਰੂਮ, ਇਹ ਇਟਸ ਗਿਵਨ ਟੂ ਮੀ। ਮੋਸਟਲੀ ਪਤਾ ਕੀ ਹੁੰਦਾ ਆ ਸਾਨੂੰ ਕੀ ਲੱਗਦਾ ਆ, ਗਿਵਨ ਰਿਐਲਿਟੀ ਨੂੰ ਅਸੀਂ ਐਕਸੈਪਟ ਨਹੀਂ ਕਰਦੇ ਯੂਜਲੀ ਵੀ ਸੇ। ਅਸੀਂ ਨਾ ਇੱਕ ਚੀਜ਼ ਤੋਂ ਬਹੁਤ ਡਰਦੇ ਹਾਂ, ਰਿਜੈਕਸ਼ਨ ਤੋਂ। ਸੋਰੀ ਮੈਂ ਬਹੁਤ ਚੀਜ਼ਾਂ ਫੈਲ ਜਾਣਗੀਆਂ ਪਰ ਟੂਕ ਮਾਤਰ ਆ। ਅਨਫੋਰਚੁਨੇਟਲੀ ਮੈਂ ਜਿੰਨੀ ਮਰਜ਼ੀ ਟਰਾਈ ਕਰਾਂ ਸਾਰਿਆਂ ਨੂੰ ਇਕੱਠਾ ਕਰਨ ਦੀ, ਕਿਉਂਕਿ ਸਾਡੇ ਇੱਕ ਵੱਡੀ ਸਮੱਸਿਆ ਇਹ ਬਣ ਗਈ ਹੈ ਕਿ ਲਰਨਿੰਗ ਪ੍ਰੋਸੈਸ ਲੰਬੇ ਸਮੇਂ ਤੋਂ ਖਤਮ ਹੋ ਗਿਆ। ਆਈ ਐਮ ਸੋ ਸੋਰੀ। ਦੈਟਸ ਵਾਈ ਵੀ ਆਰ ਰਿਸਾਈਟਿੰਗ ਗੁਰਬਾਣੀ, ਬਟ ਦ ਸੇਮ ਟਾਈਮ ਵੀ ਹੈਵ ਨੋ ਆਈਡੀਆ ਵਟ ਆਰ ਵੀ ਰਿਸਾਈਟਿੰਗ। ਸੋ ਅਸੀਂ ਇਹਨੂੰ ਪੜ੍ਹਦੇ ਹੋਏ ਹੀ, ਅਸੀਂ ਆਦ ਸੱਚ ਜੁਗਾਦ ਸੱਚ ਪੜ੍ਹਦੇ ਹੋਏ ਹੀ ਸਾਨੂੰ ਕੋਈ ਪਤਾ ਨਹੀਂ ਗਾ ਵਾਹਿਗੁਰੂ ਸਾਨੂੰ ਕੀ ਕਹਿ ਰਿਹਾ, ਗੁਰੂ ਸਾਹਿਬ ਕੀ ਕਹਿ ਰਹੇ। ਟੂਕ ਮਾਤਰ ਬੇਨਤੀ ਕਰਨਾ ਮੈਂ। ਰਿਜੈਕਸ਼ਨ ਬੱਚੇ ਕਹਿੰਦੇ ਨੇ ਉਹ ਆਈ ਡੋਂਟ ਲਾਈਕ ਸਮਨ ਰਿਜੈਕਟਿੰਗ ਮੀ। ਮੈਂ ਕਿਹਾ ਓਕੇ, ਹਾਊ ਅਬਾਊਟ ਯੂਅਰ ਸੈਲਫ, ਆਰ ਯੂ ਰਿਜੈਕਟਿੰਗ ਯੂਅਰ ਸੈਲਫ? ਜਦੋਂ ਤੂੰ ਸ਼ੀਸ਼ੇ 'ਚ ਖੜਾ ਹੋ ਕੇ ਦੇਖਦਾ, ਨੱਕ ਨਹੀਂ ਠੀਕ ਮੇਰਾ, ਅੱਖਾਂ ਨਹੀਂ ਠੀਕ ਮੇਰੀਆਂ, ਜੇ ਕਿਤੇ ਨਾ ਮੇਰਾ ਥੋੜ੍ਹੀ ਜਿਹੀ ਹਾਈਟ ਇੰਨੀ ਵੱਧ ਹੁੰਦੀ, ਦੈਟ ਵੁੱਡ ਬੀ ਗੁੱਡ। ਮੇਨ ਦ ਗਿਵਨ ਰਿਐਲਿਟੀ, ਆਈ ਐਮ ਨੋਟ ਐਕਸੈਪਟਿੰਗ ਇਟ। ਅੱਗੇ ਜਾ ਕੇ ਸਾਡਾ ਆਈਡੀਅਲ ਪਤਾ ਕੀ ਹੋਣਾ ਸਿੱਖੀ ਪ੍ਰੈਕਟਿਸ ਦੇ ਵਿੱਚ? ਹੁਕਮ ਰਜ਼ਾਈ ਚੱਲਣਾ। ਹਾਊ ਕੈਨ ਆਈ ਗੋ ਇਨ ਹੁਕਮ ਰਜ਼ਾਈ? ਮੈਂ ਤਾਂ ਸੱਚ ਨੂੰ ਹੀ ਨਹੀਂ ਸਮਝ ਰਿਹਾ। ਸੋ ਸੱਚ ਨੂੰ ਪਹੁੰਚਣ ਵਾਸਤੇ ਗਿਵਨ ਰਿਐਲਿਟੀ ਜਿਹੜੀ ਹੈ ਉਸ ਨੂੰ ਪਰਸੀਵ ਕਰਨਾ ਉਹਦੇ ਵਿੱਚ। ਜਿਵੇਂ ਸਪੋਜ਼ ਕਰੋ ਮਦਰ ਨੇਚਰ ਨਾਲ ਦੇਖੋ, ਤੁਸੀਂ ਮਦਰ ਨੇਚਰ ਨੂੰ ਤੁਸੀਂ ਦੇਖੋਗੇ ਨਾ, ਗੋ ਇਨ ਐਨੀ ਗਾਰਡਨ ਐਂਡ ਯੂ ਕੈਨ ਸੀ ਦਰਸ ਵਰਾਇਟੀ ਆਫ ਫਲਾਵਰਸ। ਇੱਕ ਫੁੱਲ ਆ ਛੋਟੀ ਛੋਟੀ ਕਲੀਆਂ ਵਰਗਾ, ਇੱਕ ਫੁੱਲ ਆ ਗੈਂਦੇ ਦਾ ਐਡਾ ਵੱਡਾ, ਇੱਕ ਗੁਲਾਬ ਦਾ ਫੁੱਲ ਐਡਾ ਸਾਰਾ, ਇੱਕ ਹੋਰ ਛੋਟਾ ਜਿਹਾ ਫੁੱਲ ਆ। ਓਕੇ, ਜਿਹੜਾ ਗੁਲਾਬ ਦਾ ਫੁੱਲ ਆ ਉਹ ਗੈਂਦੇ ਦੇ ਫੁੱਲ ਦੇ ਬਿਲਕੁਲ ਨਾਲ ਆ, ਅਤੇ ਤੁਸੀਂ ਕਦੀ ਮਹਿਸੂਸ ਨਹੀਂ ਕਰੋਗੇ ਕਿ ਇਹ ਨਾ ਥੋੜ੍ਹਾ ਜਿਹਾ ਜੈਲਸ ਫੀਲ ਕਰ ਰਿਹਾ ਇਹਦੇ ਤੋਂ, ਗੁਲਾਬ ਦੇ ਫੁੱਲ ਤੋਂ। ਤੁਸੀਂ ਕਹੋ ਭਾਈ ਸਾਹਿਬ ਇਹ ਫਲਾਵਰਸ ਨੈਵਰ ਹੈਵ ਐਨੀ ਕੌਨਸ਼ੀਅਸ ਲੈਵਲ, ਦੈਟਸ ਵਾਈ ਦੇ ਆਰ ਡੂਇੰਗ ਇਟ। ਜੇ ਮਨੁੱਖ ਕੋਲ ਕੌਨਸ਼ੀਅਸ ਲੈਵਲ ਹੈਗਾ, ਮਨੁੱਖ 'ਤੇ ਜ਼ਿਆਦਾ ਇੰਟੈਲੀਜੈਂਟ ਹੋਣਾ ਚਾਹੀਦਾ, ਇਹਦੇ ਕੋਲ ਤਾਂ ਜ਼ਿਆਦਾ ਐਬਿਲਿਟੀ ਹੋਣੀ ਚਾਹੀਦੀ ਹੈ। ਹੁੰਦਾ ਕੀ ਹੈ, ਜਿਹੜਾ ਛੋਟਾ ਜਿਹਾ ਕਲੀ ਦਾ ਫੁੱਲ ਆ ਉਹ ਗੈਂਦੇ ਦੇ ਫੁੱਲ ਵਰਗਾ ਨਹੀਂ ਬਣਨਾ ਚਾਹੁੰਦਾ, ਉਹ ਕਹਿੰਦੇ ਨੂੰ ਆਮ ਹੈਪੀ ਹੈ, ਉਹ ਰਿਜੈਕਟ ਨਹੀਂ ਕਰਦਾ ਆਪਣੇ ਆਪ ਨੂੰ, ਉਹ ਆਪਣੇ ਆਪ ਨੂੰ ਐਕਸੈਪਟ ਕਰ ਲੈਂਦਾ ਹੈ। ਗਿਵਨ ਰਿਐਲਿਟੀ, ਦੈਟ ਦਾ ਫਸਟ ਸਿਸਟਮ। ਦੈਨ ਸਿਚੁਏਸ਼ਨਲ ਰਿਐਲਿਟੀ, ਸਿਚੁਏਸ਼ਨ ਸਥਿਤੀ, ਜੋ ਹਾਲਾਤ ਬਣਦੇ ਸਾਡੇ ਆਲੇ ਦੁਆਲੇ ਉਹਨਾਂ ਹਾਲਾਤਾਂ ਨੂੰ ਐਕਸੈਪਟ ਕਰਨਾ, ਵਿਚ ਇਜ ਕਾਲਡ ਅਡਾਪਟੇਸ਼ਨ। ਜੇ ਤੁਸੀਂ ਚੀਜ਼ਾਂ ਨੂੰ ਅਡਾਪਟ ਕਰੋਗੇ ਦੈਨ ਯੂ ਆਰ ਰੈਡੀ ਟੂ ਵਰਕ ਔਨ ਦੈਮ। ਬਾਬਾ ਜੀ ਕਹਿੰਦੇ ਆਦਿ ਸੱਚ, ਮੈਂ ਤੇ ਅਲਟੀਮੇਟ ਰਿਐਲਿਟੀ ਨੂੰ ਮੰਨਣਾ ਸ਼ੁਰੂ ਤੋਂ ਲੈ ਕੇ। ਸੋ ਵੈਨ ਆਮ ਗੋਇੰਗ ਥਰੂ ਵਿਦ ਦ ਗਿਵਨ ਰਿਐਲਿਟੀ ਵਿਦ ਸਿਚੁਏਸ਼ਨਲ ਰਿਐਲਿਟੀ, ਮਾਈ ਏਮ ਇਜ਼ ਟੂ ਗੋ ਟੂਵਰਡ ਦਾ ਅਲਟੀਮੇਟ ਰਿਐਲਿਟੀ। ਅਲਟੀਮੇਟ ਰਿਐਲਿਟੀ ਇਜ਼ ਵਾਹਿਗੁਰੂ, ਜਿੱਥੋਂ ਆਇਆ ਮੈਂ ਉੱਥੇ ਹੀ ਇੱਕ ਦਿਨ ਸਮਾ ਜਾਣਾ। ਇਹਨੇ ਜੇ ਤੁਸੀਂ ਧਿਆਨ ਨਾਲ ਦੇਖੋਗੇ, ਦੀਜ਼ ਫਾਈਵ ਐਲੀਮੈਂਟਸ ਦੇ ਆਰ ਕਮਿੰਗ ਫਰੋਮ ਨੇਚਰ, ਦੇ ਗੋਨਾ ਐਕਚੁਲੀ ਯੂ ਕੈਨ ਸੇ ਡਿਸਮੈਂਟਲ, ਵਨ ਡੇ ਗੋਨਾ ਦੇ ਗੋਨਾ ਡਿਸਮੈਂਟਲ ਐਂਡ ਗੋ ਟੂਵਰਡ ਦਾ ਨੇਚਰ ਅਗੇਨ। ਸੋ ਟਰਾਈ ਟੂ ਲਿਵ ਯੂਰ ਲਾਈਫ ਐਜ਼ ਨੈਚੁਰਲ ਐਜ਼ ਯੂ ਕੈਨ।
ਜਿੰਨਾ ਤੁਸੀਂ ਕੁਦਰਤ ਦੇ ਨੇਚਰ ਦੇ ਨੇੜੇ ਰਹੋਗੇ, ਯੂ ਆਰ ਵੈਰੀ ਕਲੋਜ਼ ਟੂ ਯੂਰ ਸੈਲਫ, ਯੂਰ ਕਲੋਜ਼ ਟੂ ਦ ਰੀਅਲ ਐਕਚੁਅਲੀ ਯੂ ਕੈਨ ਸੇ ਵਾਹਿਗੁਰੂ ਜੀ ਔਰ ਅਲਟੀਮੇਟ ਰਿਐਲਿਟੀ। ਬਾਬਾ ਜੀ ਨੇ ਇਸ ਕਰਕੇ ਕਿਹਾ ਉਹ ਆਦ ਸੱਚ ਹੈ, ਉਹਨੂੰ ਐਕਸੈਪਟ ਕਰ, ਫਿਰ ਜੁਗਾਦ ਸੱਚ ਹੈ, ਜਦੋਂ ਦਾ ਟਾਈਮ ਬਣਿਆ ਆ ਉਦੋਂ ਤੋਂ ਉਹ ਰੀਅਲ ਹੈ, ਅਲਟੀਮੇਟ ਰਿਐਲਿਟੀ ਉਸੇ ਸਮੇਂ ਤੋਂ ਚੱਲ ਰਹੀ ਹੈ। ਅਦਰਵਾਈਜ਼ ਇਹ ਹਿਊਮਨ ਸੈਂਸ ਦੇ ਨਾਲ ਚੀਜ਼ ਰਹੀ ਹੈ। ਜਿਹੜਾ ਸਾਨੂੰ ਸਭ ਤੋਂ ਵਧੀਆ ਚੀਜ਼ ਹੈ ਨਾ ਸਾਡੀ ਬਾਡੀ ਦੇ ਅੰਦਰ, ਸਾਡੇ ਮਾਇੰਡ ਦੇ ਵਿੱਚ, ਉਹ ਹੈਗਾ ਸਾਡਾ ਇੰਟਲੈਕਟ, ਇੰਟਲੈਕਚੁਅਲ ਐਬਿਲਿਟੀ। ਐਂਡ ਸਭ ਤੋਂ ਵੱਡੀ ਜਿਹੜੀ ਪ੍ਰੋਬਲਮੈਟਿਕ ਚੀਜ਼ ਹੈ ਸਾਡੇ ਅੰਦਰ, ਉਹ ਵੀ ਇੰਟਲੈਕਚੁਅਲ ਐਬਿਲਿਟੀ ਹੈ। ਜਿੰਨਾ ਬੰਦਾ ਇੰਟਲੈਕਚੁਅਲ ਹੋਏਗਾ ਉਨਾ ਦੁਖੀ ਹੋਏਗਾ, ਜਿੰਨਾ ਬੰਦਾ ਇੰਟਲੈਕਚੁਅਲ ਤੋਂ ਦੂਰ ਹੋਏਗਾ ਉਨਾ ਵਧੀਆ ਹੋਏਗਾ। ਪਰ ਅਨਫੋਰਚੁਨੇਟ ਗੱਲ ਇਹ ਹੋਏਗੀ ਉਹਦੇ 'ਚ ਹਿਊਮਨ ਸੈਂਸ ਵੀ ਖਤਮ ਹੋ ਜਾਏਗੀ, ਉਹ ਐਨੀਮਲ ਸਾਈਡ 'ਤੇ ਚਲਾ ਜਾਏਗਾ। ਬੀਇੰਗ ਏ ਹਿਊਮਨ, ਤੁਹਾਡੀ ਅਪਰੋਚ ਜਿਹੜੀ ਹੈ ਹਿਊਮਨਨੈਸ ਨਾਲ ਭਰੀ ਹੋਏਗੀ। ਲੈਟ ਮੀ ਗਿਵ ਯੂ ਵਨ ਮੋਰ ਐਗਜ਼ਾਮਪਲ, ਕਿਉਂਕਿ ਚੀਜ਼ਾਂ ਫਿਲੋਸਫਿਕਲੀ ਇਹਦੇ ਛੁੱਟ ਜਾਣਗੀਆਂ ਸਾਡੇ ਕੋਲ। ਸਪੋਜ਼ ਮੈਂ ਅਕਸਰ ਐਗਜ਼ਾਮਪਲ ਕਰਦਾ, ਕੁਦਰਤ ਨੇ ਤੁਹਾਨੂੰ ਕੌਨਸ਼ੀਅਸ ਦਿੱਤੀ ਹੈ, ਇੰਟਲੈਕਚੁਅਲ ਜਿਹੜਾ ਤੁਹਾਡਾ ਲੈਵਲ ਆ, ਇੰਟਲੈਕਟ ਜਿਹੜਾ ਇੱਕ ਕੌਨਸ਼ੀਅਸ ਦੇ ਨਾਲ ਕੰਮ ਕਰਨਾ ਚਾਹੀਦਾ। ਵੰਸ ਯੂ ਆਰ ਨੋਟ ਅੰਗੇਜਿੰਗ ਯੂਰ ਕੌਨਸ਼ੀਅਸ ਵਿਦ ਇੰਟਲੈਕਟ, ਦੈਟ ਕੈਨ ਡਿਸਟਰੈਕਟ ਯੂ ਐਨੀ ਟਾਈਮ ਔਰ ਐਨੀ ਵੇਅਰ, ਅਤੇ ਤੁਹਾਨੂੰ ਕੋਈ ਆਈਡੀਆ ਨਹੀਂ ਉਹ ਤੁਹਾਨੂੰ ਕਿੱਥੇ ਲੈ ਜਾਏਗਾ। ਮੇਰੇ ਕੋਲ ਇੱਕ ਬੱਚਾ ਸੀ ਪ੍ਰਿਜ਼ਨ ਵਿੱਚ, ਅਤੇ ਮਸਾਂ ਹੀ 21 ਸਾਲ ਦਾ ਹੋਏਗਾ ਅਤੇ ਫੇਸ ਉਹਦਾ 16 ਸਾਲ ਦਾ ਲੱਗਦਾ। ਉਹ ਮੈਂ ਕਿਹਾ ਤੂੰ ਤਾਂ ਜਿਹੜਾ ਹੈਗਾ ਯੰਗ ਲੱਗਦਾ, ਜੁਵੇਨਾਈਲ ਕ੍ਰਾਈਮ ਵਿੱਚੋਂ ਲੱਗਦਾ, ਵਾਈ ਆਰ ਯੂ ਹੇਅਰ? ਕਹਿੰਦੇ ਨੋ ਨੋ ਮਾਈ ਲੁੱਕ ਲਾਈਕ ਦੈਟ, ਬਟ ਆਈ ਐਮ 21। ਠੀਕ ਆ, ਇੱਥੋਂ ਆਪਣੇ ਲੋਕਲ ਸੀਗਾ। ਉਹ ਗੱਲਬਾਤ ਹੋਈ, ਪਤਾ ਲੱਗਾ ਸਾਡਾ ਨਾ ਬ੍ਰੇਨ ਦੀ ਜਿਹੜੀ ਮੈਮਰੀ ਹੈ ਇੱਕ ਟਾਈਮ ਦੇ ਵਿੱਚ ਇਹ 6 ਤੋਂ ਲੈ ਕੇ 10 ਲੈਟਰ ਯਾਦ ਕਰਦੀ ਹੈ ਇੱਕ ਰੋ ਦੇ ਵਿੱਚ। 6 ਤੋਂ 10 ਵਰਡ ਲੈਟਰ ਯਾਦ ਕਰਦੀ, 6 ਤੋਂ 10 ਇੱਕ ਟਾਈਮ ਦੇ ਵਿੱਚ। ਤੁਸੀਂ ਰਿਪੀਟ ਕਰਕੇ ਜਿੰਨੇ ਮਰਜ਼ੀ ਯਾਦ ਕਰਾ ਲਓ, ਮੈਮੋਰਾਈਜ਼ ਕਰ ਲਓ, ਅਦਰਵਾਈਜ਼ ਇਹਨੇ ਯਾਦ ਕਰਦੀ। ਜਿਹੜੇ ਲੋਕ ਜੀਨੀਅਸ ਨੇ ਉਹਨਾਂ 'ਚ ਐਬਿਲਿਟੀ ਵੱਧ ਹੁੰਦੀ ਹੈ। ਅੱਛਾ, ਸਪੋਜ਼ ਕਰੋ ਤੁਸੀਂ ਗਲੈਂਸ ਲਿਆ ਕ੍ਰੈਡਿਟ ਕਾਰਡ ਦੇ ਉੱਤੇ, ਤੁਹਾਨੂੰ ਆਪਣੇ ਕ੍ਰੈਡਿਟ ਕਾਰਡ ਦੇ ਬਹੁਤਿਆਂ ਨੰਬਰ ਵੀ ਨਹੀਂ ਯਾਦ ਹੋਣੇ, ਤੁਸੀਂ ਮੇਰੇ ਕੋਲ 1000 ਵਾਰੀ ਯੂਜ਼ ਕੀਤੇ ਹੋਣੇ, ਵੇਖਿਆ ਹੋਣਾ ਤੁਸੀਂ, ਗਲੈਂਸ ਕੀਤਾ ਛੱਡ ਦਿੱਤਾ। ਇਹ ਥੋੜ੍ਹਾ ਵੀ ਗਲੈਂਸ ਕਰਨ ਦੇ ਨਾਲ ਉਹ ਤੁਹਾਡੇ ਤੁਰ ਜਾਣਾ ਚਾਹੀਦਾ ਅੰਦਰ, ਨਹੀਂ ਯਾਦ ਰਹਿੰਦਾ। ਅੱਛਾ, ਉਹ ਲੜਕਾ ਮੈਂ ਦੇਖਿਆ ਉਹ ਕਹਿੰਦਾ ਡੋਂਟ ਸ਼ੋ ਮੀ ਐਨੀਥਿੰਗ ਵਿਦ ਨੰਬਰਸ, ਵਾਈ? ਬਿਕੋਜ਼ ਨੰਬਰਸ ਐਕਚੁਲੀ ਕਹਿੰਦਾ ਮੇਰੀ ਨਾ ਫੋਟੋ ਕਾਪੀ ਮੈਮਰੀ ਪ੍ਰਿੰਟ ਹੋ ਜਾਂਦੇ। ਰਾਈਟ, ਤੁਸੀਂ ਕ੍ਰੈਡਿਟ ਕਾਰਡ ਵਿਖਾਓ, ਨੰਬਰ ਯਾਦ ਹੋ ਗਿਆ, ਅਤੇ ਉਹਦੇ ਸਾਹਮਣੇ ਤੁਸੀਂ ਕ੍ਰੈਡਿਟ ਕਾਰਡ ਦਾ ਜਿਹੜਾ ਹੈਗਾ ਉਹ ਉਸਨੂੰ ਪਾਸਵਰਡ ਪਾਓ, ਉਹਨੇ ਉਂਗਲਾਂ ਦੇ ਨਾਲ ਵੇਖ ਲੈਣਾ, ਯਾਦ ਹੋ ਗਿਆ। ਵਟ ਆ ਸ਼ਾਰਪਰ ਮਾਈਂਡ! ਐਂਡ ਅਪ ਕਿੱਥੇ ਹੋਇਆ? ਜੇਲ੍ਹ 'ਚ। ਵਾਈ? ਕਿਉਂਕਿ ਐਬਿਲਿਟੀ ਸੀਗੀ, ਇੱਕ ਦੋ ਜਗ੍ਹਾ 'ਤੇ ਕੀਤਾ, ਕ੍ਰੈਡਿਟ ਕਾਰਡ ਦੇਖਿਆ, ਕਿਸੇ ਦਾ ਨੰਬਰ ਦੇਖਿਆ, ਪਾਇਆ, ਪੈਸੇ ਆ ਗਏ, ਕਹਿੰਦਾ ਇਟਸ ਗੁੱਡ, ਫਨ ਹੋ ਗਿਆ, ਬੱਚਿਆਂ ਨਾਲ ਇਨਵੋਲਵ ਹੋ ਗਿਆ, ਫਰੋਡ 'ਚ ਇਨਵੋਲਵ ਹੋ ਗਿਆ, ਐਟ ਦਾ ਐਂਡ ਪ੍ਰਿਜ਼ਨ 'ਚ। ਹੁਣ ਕੀ ਹੈ? ਇੰਟਲੈਕਚੁਅਲ ਐਬਿਲਿਟੀ ਹੈਗੀ ਹੈ ਕੌਨਸ਼ੀਅਸ ਦੇ ਨਾਲ, ਜਿਹੜੀ ਚੇਤਨਾ ਆ, ਕੌਨਸ਼ੀਅਸ ਲੈਵਲ ਆ, ਉਹਦੇ ਨਾਲ ਉਹਦੀ ਅਟੈਚਮੈਂਟ ਨਹੀਂ ਬਣੀ। ਦੈਟਸ ਦਾ ਬਿਗੈਸਟ ਇਸ਼ੂ ਵੀ ਹੈ। ਜੇ ਤੁਹਾਡੇ ਕੋਲ ਇੰਟਲੈਕਟ ਕੰਮ ਕਰਦਾ ਆ, ਉਹਨੂੰ ਕੌਨਸ਼ੀਅਸ ਦੇ ਨਾਲ ਅੰਗੇਜ ਕਰੋ, ਫਿਰ ਜਾ ਕੇ ਵਧੀਆ ਕੰਮ ਕਰੇਗਾ। ਅਦਰਵਾਈਜ਼ ਯੂ ਗੋਨਾ ਲੋਸਟ ਯੂਅਰ ਹਿਊਮਨਨੈਸ, ਤੁਹਾਡੀ ਜਿਹੜੀ ਮਨੁੱਖਤਾ ਖਤਮ ਹੋ ਜਾਏਗੀ ਤੁਹਾਡੇ ਵਿੱਚੋਂ। ਵਨ ਮੋਰ ਐਗਜ਼ਾਮਪਲ ਲੈਣ ਕੇ ਲਈ, ਆਪਾਂ ਨਾ ਕਿਤੇ, ਵਟ ਇਜ਼ ਦ ਡਿਫਰੈਂਸ ਬਿਟਵੀਨ ਐਨੀਮਲ ਐਂਡ ਹਿਊਮਨ, ਈਵਨ ਦੋ ਵੀ ਹੈਵ ਸੋ ਮੈਨੀ ਸਟੱਡੀਜ਼। ਮੈਕਲੇਨ ਮੈਗਜ਼ੀਨ ਦਾ ਇੱਕ ਪੂਰੇ ਦਾ ਪੂਰਾ, ਬੜੀ ਵਰਲਡ ਨੋਨ ਮੈਗਜ਼ੀਨ ਹੈ, ਉਹਦਾ ਇੱਕ ਐਡੀਸ਼ਨ ਆ, ਹਿਊਮਨ ਬ੍ਰੇਨ ਵਰਸਿਸ ਐਨੀਮਲ ਬ੍ਰੇਨ, ਹਿਊਮਨ ਬ੍ਰੇਨ ਵਰਸਿਸ ਐਨੀਮਲ ਬ੍ਰੇਨ, ਇਹਨਾਂ ਦੋਨਾਂ ਨੂੰ ਕੰਪੇਅਰ ਐਂਡ ਕੰਟਰਾਸਟ ਕੀਤਾ ਉਹਨਾਂ ਨੇ। ਬਟ ਆਮ ਨੋਟ ਗੋਇੰਗ ਟੂ ਵਰਡ ਦੈਟ ਸਾਈਡ, ਜਸਟ ਗਿਵ ਮੀ ਵਨ, ਮੈਨੂੰ ਇੱਕ ਐਗਜ਼ਾਮਪਲ ਦੇਣ ਦੇ ਇੱਥੇ। ਉਹ ਜਿਹੜੀ ਐਗਜ਼ਾਮਪਲ ਹੈਗੀ ਹੈ ਕਿ ਇੱਕ ਨਾ, ਸਪੋਜ਼ ਕਰੋ ਆਪਾਂ ਪੰਜਾਬ ਤੋਂ ਆਏ ਹਾਂ, ਇੱਥੇ ਵੀ ਹੋਵੇ, ਪੰਜਾਬ 'ਚ ਮੈਂ ਐਗਜ਼ਾਮਪਲ ਕਰਨ ਲੱਗਾ। ਇੱਕ ਬੰਦਾ ਨਾ ਬਹੁਤ ਸਾਰੀ, ਇੱਕ ਵੱਡੀ ਸਾਰੀ ਭੰਡ ਪੱਠਿਆਂ ਦੀ ਚੱਕ ਕੇ ਸਿਰ ਤੋਂ ਗਲੀ ਵਿੱਚੋਂ ਲੰਘ ਰਿਹਾ,
He has a big bundle of actually green grass on his head and walking through the you can say in gali de vichon lang reha corridor chon lang reha piche ohde ek na janwar keh lo koi majj ya gaan ya oh kithe khul ke aa gayi unne haraka dekhya ki karegi oh right ve ja ke ohnu ae phad ke ਝਟਕਾ ਮਾਰੇਗੀ ਉਹਦੀ ਉਹਦਾ ਧੌਣ ਟੁੱਟ ਜਾਏ ਇਹ ਕੀ ਹੈ ਉਸਨੇ ਸੋਚਿਆ ਹੀ ਨਹੀਂਗਾ ਕਿ ਮੈਨੂੰ ਕਿਹੜੀ ਅਪਰੋਚ ਅਡਾਪਟ ਕਰਨੀ ਚਾਹੀਦੀ ਹੈ ਉੱਥੇ ਇੱਕ ਹੋਰ ਬੰਦਾ ਲੱਡੂਆਂ ਦਾ ਡੱਬਾ ਲੱਡੂਆਂ ਦਾ ਵੱਡਾ ਸਾਰਾ ਟੋਕਰਾ ਚੱਕ ਕੇ ਗਲੀ 'ਚੋਂ ਲੰਘ ਰਿਹਾ ਤੁਸੀਂ ਉਹਦੇ ਮਗਰ ਜਾ ਰਹੇ ਹੋ ਤੁਹਾਨੂੰ ਸਮੈਲ ਆਉਂਦੀ ਅਰੋਮਾ ਵਾਹ ਕਿੱਡੇ ਸਵਾਦੀ ਹੋਣਗੇ ਲੱਡੂ ਇਹ ਚਲੋ ਖਾ ਲਈਏ ਫਿਰ ਅੰਦਰੋਂ ਜਿਹੜਾ ਇੰਟਲੈਕਟ ਆ ਨਾ ਉਹ ਕੌਨਸ਼ੀਅਸ ਲੈਵਲ ਨਾਲ ਅਟੈਚਡ ਹੋਏਗਾ ਉਹ ਕਹੇਗਾ ਨਾ ਉਹਨੂੰ ਪਾਗ ਲਿਆ ਤੂੰ ਤੈਨੂੰ ਪਤਾ ਐਵੇਂ ਥੋੜ੍ਹਾ ਲੱਡੂ ਐਵੇਂ ਮੰਗਤਾ ਬਣੇਗਾ ਤੂੰ ਫਿਰ ਅੰਦਰੋਂ ਆਵਾਜ਼ ਆਈ ਨੋ 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 ਬਹੁਤ ਸਵਾਦੀ ਹੋਣਗੇ ਖਾਣੇ ਚਾਹੀਦੇ ਨੇ ਫਿਰ ਕੀ ਕਰੇਗਾ ਹਿਊਮਨਨੈਸ ਹਿਊਮਨ ਅਪਰੋਚ ਅਡਾਪਟ ਕਰੇਗਾ ਕਿਵੇਂ ਕਰੇਗਾ ਅੱਗੇ ਜਾ ਕੇ ਵੱਧ ਕੇ ਕਹੇਗਾ ਉਹ ਭਾਈ ਤੂੰ ਐਡਾ ਲੱਡੂਆਂ ਦਾ ਡੱਬਾ ਉਹ ਟੋਕਰਾ ਚੱਕੀ ਜਾਣਾ ਗਿਵ ਮੀ ਟੂ ਆਈ ਵਾਂਟ ਟੂ ਈਟ ਦਮ ਇਸ ਤਰ੍ਹਾਂ ਕਹੇਗਾ ਅੱਛਾ ਚੋਰੀ ਵੀ ਕਰੇਗਾ ਕਿਵੇਂ ਕਰੇਗਾ ਇਹ ਥੋੜ੍ਹਾ ਕਰੇਗਾ ਟੋਕਰਾ ਚੱਕ ਕੇ ਥੱਲੇ ਸੱਟ ਦੇਗਾ ਆਹ ਅਡੋਲ ਜਾ ਕੇ ਇੱਕ ਜਾਂ ਦੋ ਚੱਕ ਕੇ ਆਪਣੀ ਜੇਬ ਵਿੱਚ ਪਾ ਕੇ ਕੌਨਸ਼ੀਅਸ ਲੈਵਲ 'ਤੇ ਕੰਮ ਕਰੇਗਾ ਜੁਗਾਦ ਸੱਚ ਵਾਹਿਗੁਰੂ ਦਾ ਨਾਮ ਉਦੋਂ ਵੀ ਸੱਚ ਆ ਜਦੋਂ ਮੈਂ ਅਤੇ ਤੁਸੀਂ ਯੁੱਗ ਸਮੇਂ ਦੀ ਪ੍ਰਾਰੰਭਤਾ ਹੋ ਗਈ ਉਹਦੇ ਵਿੱਚ ਉਹਦੀ ਮੌਜੂਦਗੀ ਰਹੀ ਉਹਦੀ ਪ੍ਰੈਜੈਂਸ ਰਹੀ ਦੇਰ ਵਰ ਫੋਕ ਦੇਰ ਵਰ ਪੀਪਲ ਹੂ ਆਰ ਏਬਲ ਟੂ ਇੰਜੋਏ ਦ ਪ੍ਰੈਜੈਂਸ ਆਫ ਵਾਹਿਗੁਰੂ ਬਾਬਾ ਜੀ ਇਹਦੀ ਗੱਲ ਕਰਦੇ ਅਦਰਵਾਈਜ਼ ਸਾਡੀ ਦੁਨੀਆ 'ਚ ਕਿਹਾ ਜਾਂਦਾ ਇਹ ਬੜਾ 5-6 ਹਜ਼ਾਰ ਸਾਲ ਪਹਿਲਾਂ ਬੰਦੇ ਨੇ ਸੋਚ ਲਿਆ ਰੱਬ ਬਾਰੇ ਇਸ ਤਰ੍ਹਾਂ ਕਰ ਕਰਕੇ ਅਤੇ ਉਹਦੇ 'ਚ ਇੱਕ ਸਮੱਸਿਆ ਹੋ ਜਾਂਦੀ ਜਦੋਂ ਬੰਦੇ ਨੂੰ ਸੰਸਾਰਕ ਤੌਰ 'ਤੇ ਐਜ਼ ਏ ਹਿਊਮਨ ਬੀਂਗ ਤੁਹਾਡਾ ਇੰਟਲੈਕਟ ਮਾਰਦਾ ਨਾ ਤੁਹਾਨੂੰ ਤੁਹਾਨੂੰ ਕੋਈ ਰਾਹ ਨਹੀਂ ਦਿਸਦਾ ਵੇਅਰ ਟੂ ਗੋ ਤੁਸੀਂ ਟੋਟਲੀ ਸਟੱਕ ਹੋ ਜਾਂਦੇ ਹੋ ਜਿਹੜਾ ਬੱਚੇ ਬਹੁਤ ਰੈਸ਼ਨਲ ਵੇ ਨਾਲ ਕੰਮ ਕਰਦੇ ਰੈਸ਼ਨਲ ਵੇ ਨਾਲ ਸੋਚਦੇ ਨਾ ਬੜੀ ਛੇਤੀ ਡਰਾਈ ਹੋ ਜਾਂਦੇ ਅਤੇ ਅਲਟੀਮੇਟਲੀ ਸਾਰਾ ਆਪਣੇ ਮੋਢਿਆਂ 'ਤੇ ਵਜਨ ਲੈ ਕੇ ਕਦੀ ਗਿਲਟ 'ਚ ਜਾਂਦੇ ਕਦੀ ਪ੍ਰਾਈਡ 'ਚ ਜਾਂਦੇ ਇਸ ਸਾਰੇ ਨੂੰ ਇਹਨੂੰ ਕਾਊਂਟਰ ਕਰਨ ਦਾ ਅੱਜ ਦਾ ਤਰੀਕਾ ਕਹਿੰਦੇ ਨੇ ਸਪਿਰਚੁਐਲਿਟੀ ਬਾਬਾ ਜੀ ਕਹਿੰਦੇ ਬਿਲਕੁਲ ਇਹ ਮੰਨ ਕੇ ਚੱਲੋ ਮੇਰੇ ਸਾਰੇ ਤੋਂ ਇੱਕ ਬਹੁਤ ਵੱਡੀ ਹਸਤੀ ਮੇਰੇ ਤੋਂ ਪਹਿਲਾਂ ਜਿਹਨੇ ਮੈਨੂੰ ਵੀ ਬਣਾਇਆ ਹੈ ਉਹ ਜੁਗਾਦ ਸੱਚ ਹੈ ਨਾਓ ਲੈਟਸ ਗੋ ਟੂਵਰਡ ਦਾ ਹੁਣ ਸਲਾਈਡ ਵਾਲੇ ਪਾਸੇ ਚੱਲਦੇ ਹਾਂ ਆਦ ਬਿਫੋਰ ਟਾਈਮ ਸੱਚ ਐਗਜ਼ਿਸਟਸ ਰੀਅਲ ਆਰ ਯੂ ਏਬਲ ਟੂ ਸੀ ਦ ਸਲਾਈਡਸ ਦਿਸ ਰਹੀਆਂ ਜੁਗਾਦ ਐਟ ਦ ਸਟਾਰਟ ਆਫ ਬਿਗਨਿੰਗ ਇਨ ਪਾਸਟ ਸੋ ਵੈਨ ਵੀ ਟਾਕ ਅਬਾਊਟ ਪਾਸਟ ਵੀ ਟਾਕ ਅਬਾਊਟ ਜੁਗਾਦ ਵੈਨ ਵੀ ਟਾਕ ਅਬਾਊਟ ਆਦ ਮੀਨ ਬਿਫੋਰ ਪਾਸਟ ਵੈਨ ਈਵਨ ਪਾਸਟ ਵਾਜ਼ ਨੋਟ ਹੈਪਨਿੰਗ ਬਾਬਾ ਜੀ ਉਹਦੀ ਗੱਲ ਕਰਦੇ ਹੁਣ ਕੀ ਹੈ ਇਹ ਇੰਟਰੋਡਕਟਰੀ ਸਲੋਕ ਹੈ ਐਕਨੋਲਜਮੈਂਟ ਵਾਸਤੇ ਅਤੇ ਇਹਦੀ ਜਿਹੜੀ ਟਰਾਂਸਲੇਸ਼ਨ ਬਣਦੀ ਹੈ ਆਲ ਮਾਈਟੀ ਐਗਜ਼ਿਸਟਡ ਬਿਫੋਰ ਟਾਈਮ ਐਂਡ ਐਰਾ ਐਂਡ ਐਗਜ਼ਿਸਟਡ ਐਟ ਦਾ ਸਟਾਰਟ ਆਫ ਟਾਈਮ ਜਦੋਂ ਸਮਾਂ ਪ੍ਰਾਰੰਭ ਹੁੰਦਾ ਆ ਉਦੋਂ ਵੀ ਵਾਹਿਗੁਰੂ ਮੌਜੂਦ ਆ ਜਦੋਂ ਸਮਾਂ ਪ੍ਰਾਰੰਭ ਨਹੀਂਗਾ ਉਸ ਤੋਂ ਪਹਿਲਾਂ ਵੀ ਉਹਦੀ ਮੌਜੂਦਗੀ ਹੈ ਇੱਕ ਇਗਜ਼ਾਮਪਲ ਮੈਂ ਹੋਰ ਦੇ ਦਿੰਦਾ ਵਾਂ ਸੋ ਦੈਟ ਵੀ ਕੈਨ ਆਪਾਂ ਰਿਲੇਟ ਕਰ ਸਕੀਏ ਇਹਦੇ ਨਾਲ ਮੇਰੇ ਕੋਲ ਕਿਤੇ ਸੱਜਣ ਆਏ ਅਤੇ ਉਹ ਆਏ ਕਾਫੀ ਪਰੇਸ਼ਾਨ ਸੀਗੇ ਜਦੋਂ ਆ ਕੋਵਿਡ ਤੋਂ ਬਾਅਦ ਇੱਕਦਮ ਰੀਅਲ ਸਟੇਟ 'ਚ ਬੜਾ ਖਲ ਜਗਣ ਮੱਚਿਆ ਨਾ ਅਤੇ ਉਦੋਂ ਦੀ ਗੱਲ ਆ ਅਤੇ ਉਹ ਵੱਡੇ ਪੱਧਰ 'ਤੇ ਕੁਛ ਨੁਕਸਾਨ ਵਗੈਰਾ ਹੋ ਗਿਆ ਐਂਡ ਹੀ ਵਾਜ਼ ਫੀਲਿੰਗ ਵੈਰੀ ਯੂ ਕੈਨ ਸੇ ਗਿਲਟੀ ਦੈਟ ਆਈ ਡਿਡਨਟ ਲਿਸਨ ਮਾਈ ਫੈਮਿਲੀ ਪ੍ਰੋਪਰਲੀ ਐਂਡ ਡਿਊ ਟੂ ਦੈਟ ਰੀਜ਼ਨ ਆਈ ਲੋਸਟ ਮਾਈ ਹੋਲ ਵੈਲਥ ਆਲਮੋਸਟ ਵੱਡਾ ਵੈਲਥ ਦਾ ਨੁਕਸਾਨ ਕਰ ਲਿਆ ਉਹ ਆਪਣੇ ਸ਼ੋਲਡਰ 'ਤੇ ਸਾਰਾ ਵਜਨ ਲੈ ਕੇ ਬੈਠਾ ਅੱਛਾ ਉਹਨਾਂ ਦੀ ਫੈਮਿਲੀ ਨੇ ਵੀ ਮੈਨੂੰ ਕਾਲ ਕੀਤੀ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਕਹਿ ਕੇ ਮਰ ਚੱਲਿਆ ਇਹਨੂੰ ਕਿ ਭਾਈ ਤੂੰ ਸਾਡਾ ਕੁਛ ਵੀ ਨਹੀਂ ਗਵਾਇਆ ਤੂੰ ਸਾਡਾ ਬਣਾਇਆ ਆ ਅਸੀਂ ਯੂਜ਼ ਕੀਤਾ ਆ ਗਵਾਚਾ ਵੀ ਕੁਛ ਨਹੀਂ ਗਾ ਤੇਰੇ ਕੋਲ ਬੜੀ ਸਟਰੈਂਥ ਐਬਿਲਿਟੀ ਹੈ ਯੂ ਕੈਨ ਅਰਨ ਅਗੇਨ ਇਟਸ ਜਸਟ ਏ ਟਾਈਮ ਪਰ ਭਾਈ ਸਾਹਿਬ ਇਹ ਸੁਣਦੇ ਨਹੀਂ ਗੇ ਇੱਕੋ ਚੀਜ਼ ਰਿਪੀਟ ਕਰੀ ਜਾਂਦੇ ਵਾਰ 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 ਵਾਰ
ਇਸ ਨੂੰ ਅਸੀਂ ਸਾਈਕੋਲੋਜੀਕਲ ਲੈਂਗੁਏਜ ਕਹਿੰਦੇ ਹਾਂ ਸਾਈਕੋਲੋਜੀਕਲ ਗਲਿਚ। ਇੱਕ ਪਲ ਮੇਰੇ ਨਾਲ ਰਿਹੋ, ਜਿਵੇਂ ਨਾ ਆਪਾਂ ਸਾਡੇ ਕੋਲ ਸਮਾਰਟ ਡਿਵਾਈਸਿਸ ਨੇ, ਫੋਨ ਵਗੈਰਾ ਨੇ, ਇਹਨੂੰ ਆਪਾਂ ਕਮਾਂਡ ਦਿੰਦੇ ਹਾਂ, ਕੋਈ ਕਮਾਂਡ ਦਿੱਤੀ, ਉਹਨੇ ਕਮਾਂਡ ਲੈ ਲਈ ਅਤੇ ਹੁਣ ਕਮਾਂਡ ਨੂੰ ਉਹ ਪ੍ਰੋਸੈਸ ਕਰਨ ਲੱਗ ਗਿਆ, ਉਸ ਪ੍ਰੋਸੈਸ ਹੀ ਕਰੀ ਜਾਂਦਾ, ਨਾ ਕਮਾਂਡ ਤੋਂ ਅੱਗੇ ਜਾ ਰਿਹਾ ਨਾ ਪਿੱਛੇ ਜਾ ਰਿਹਾ, ਗਲਿਚ। ਇਸ ਤਰ੍ਹਾਂ ਸਾਈਕੋਲੋਜੀਕਲ ਗਲਿਚ ਆ ਜਾਂਦਾ। ਇਹ ਮੋਸਟਲੀ ਪਾਸਟ ਦੇ ਕਿਸੇ ਇੱਕ ਈਵੈਂਟ ਨਾਲ ਆਉਂਦਾ, ਜਿਹੜਾ ਈਵੈਂਟ ਸਾਨੂੰ ਟਰੋਮਾਟਾਈਜ਼ ਕਰ ਦਿੰਦਾ। ਦ ਵਰਡ ਵੀ ਯੂਜ ਇਨ ਐਕਚੁਲੀ ਸਾਈਕੋਲੋਜੀ PTSD, ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ। ਜਿਹੜਾ ਇਹ ਡਿਸਆਰਡਰ ਆ, ਇਹ ਸਾਈਕੋਲੋਜੀਕਲ ਗਲਿਚ ਆ, ਜਿੱਥੇ ਜਾ ਕੇ ਇੱਕ ਜਗ੍ਹਾ 'ਤੇ ਸੁਰਤ ਜਿਹੜੀ ਹੈ ਉਹ ਖੜ ਗਈ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਪਹਿਲੇ ਦਿਨ ਐਗਜ਼ਾਮ ਦਿੱਤਾ ਸੀਗਾ ਕਿ ਅਸੀਂ ਜਪਜੀ ਸਾਹਿਬ ਨੂੰ ਅੰਡਰਸਟੈਂਡ ਕਰਨਾ ਇਹਨੇ ਇਹਨੇ ਥੈਰੇਪਿਓਟਿਕ ਵੇ, ਥੈਰੇਪੀ ਦੀ ਤਰ੍ਹਾਂ। ਇਹ ਹੈ ਐਕਚੁਲੀ ਥੈਰੇਪੀ ਸਾਰੀ। ਜੇ ਇਹ ਚੀਜ਼ ਥੋੜ੍ਹੀ ਜਿਹੀ ਤੁਹਾਨੂੰ ਇੱਕ ਵਾਰੀ ਸਮਝ ਆਉਣੀ ਸ਼ੁਰੂ ਹੋ ਗਈ ਨਾ, ਯੂ ਗੋਨਾ ਗੈਟ ਦਾ ਪਾਰਸ। ਇਹ ਪਾਰਸ ਐਕਚੁਲੀ, ਹੁਣ ਮੈਂ ਛੋਟੀ ਜਿਹੀ ਇਗਜ਼ਾਮਪਲ ਜਿਹੜੀ ਦੇ ਰਿਹਾ ਸੀਗਾ, ਉਹ ਕਹਿੰਦੇ ਭਾਈ ਸਾਹਿਬ ਇਹ ਪ੍ਰੋਬਲਮ ਹੈ, ਅਸੀਂ ਇਹਨੂੰ ਬੜੀ ਵਾਰੀ ਕਿਹਾ ਪਰ ਇਹਦੀ ਸਮ ਹਾਓ ਆਈ ਐਕਚੁਲੀ ਨਿਊ ਦੈਟ ਫੈਮਿਲੀ ਅਰਲੀਅਰ ਟੂ। ਮੈਂ ਉਸ ਪਰਿਵਾਰ ਨੂੰ ਥੋੜ੍ਹਾ ਜਾਣਦਾ ਸੀ ਪਹਿਲੇ ਤੋਂ, ਮੇਰੇ ਬਹੁਤ ਨੋਨ ਫੈਮਿਲੀ ਦੇ ਅੱਗੋਂ ਨੋਨ ਸੀਗੇ ਉਹਨਾਂ ਦੇ, ਮੇਰੇ ਕੋਲ ਆਏ, ਮੈਨੂੰ ਆ ਕੇ ਕਹਿੰਦੇ ਮੇਰੇ ਬਾਰੇ ਜਾਣਦੇ ਹੋਗੇ ਤੁਸੀਂ? ਮੈਂ ਕਿਹਾ ਥੋੜ੍ਹਾ ਬਹੁਤ ਤਾਂ ਪ੍ਰੋਗਰਾਮਸ ਵਗੈਰਾ 'ਤੇ ਦੇਖਿਆ ਤੁਹਾਨੂੰ ਮਿਲਿਆ। ਕਹਿੰਦਾ ਓਕੇ, ਮੇਰੇ ਬਾਰੇ ਵੀ ਪਤਾ ਹੋਣਾ ਮੈਂ ਕੌਣ? ਮੈਂ ਕਿਹਾ ਜੀ ਇਹ ਨਹੀਂ ਪਤਾ। ਕਹਿੰਦਾ ਮੈਂ ਦੱਸ ਦਿੰਦਾ, ਅਸੀਂ ਕਾਮਰੇਡ ਹਾਂ। ਕਹਿੰਦਾ ਜੀ ਓਕੇ, ਮਤਲਬ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਨਾਲ। ਕਹਿੰਦੇ ਤੁਹਾਨੂੰ ਤਾਂ ਕੋਈ ਇਸ਼ੂ ਨਹੀਂ ਵਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਮੈਂ ਕਿਹਾ ਕੀ? ਕਹਿਣ ਲੱਗਾ ਜੀ ਅਸੀਂ ਕਿਸੇ ਚੀਜ਼ 'ਚ ਬਲੀਵ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ, ਸਭ ਕੁਝ, ਅਤੇ ਉਹ ਸਾਰੇ ਕਰਕੇ ਮੈਂ ਬੜੀ ਵੱਡੀ ਟਰਬਲ 'ਚ ਹਾਂ। ਟਰਬਲ 'ਚ ਕਿਵੇਂ ਆ? ਵਾਈਫ ਮੇਰੀ ਇਹ ਕਹੀ ਜਾਂਦੀ ਹੈ, ਉਹ ਕਹਿੰਦੀ ਕੋਈ ਨਾ ਰੱਬ ਕਰੇਗਾ, ਅਤੇ ਮੈਂ ਉਹਨੂੰ ਕਹਿੰਦਾ ਵਟ ਆਰ ਯੂ ਟਾਕਿੰਗ ਅਬਾਊਟ, ਕਿਹੜਾ ਰੱਬ ਕਰੇਗਾ? ਬਿਕੋਜ਼ ਆਈ ਬਿਲੀਵ ਆਈ ਐਮ ਦਾ ਓਨਲੀ ਰੱਬ ਇਨ ਦਿਸ ਹਾਊਸ ਹੋਲਡ, ਆਈ ਐਮ ਡੂਇੰਗ ਐਵਰੀਥਿੰਗ। ਮੈਂ ਕਿਹਾ ਅੱਛਾ। ਕਹਿੰਦਾ ਹੁਣ ਕੀ ਹੋਇਆ? ਕਹਿੰਦਾ ਹੁਣ ਰੱਬ ਫਸ ਗਿਆ, ਹੁਣ ਇਹਨੂੰ ਪਤਾ ਨਹੀਂ ਲੱਗ ਰਿਹਾ ਕਰਾਂ ਕੀ। ਹੁਣ ਬੜੇ ਧਿਆਨ ਨਾਲ ਦੇਖਿਆ ਜੀ, ਜੇ ਤੁਸੀਂ ਹਰ ਚੀਜ਼ ਨੂੰ ਆਪਣੇ ਸ਼ੋਲਡਰਸ 'ਤੇ ਲਓਗੇ ਨਾ, ਬੁਰੀ ਨੂੰ, ਚੰਗੀ ਨੂੰ, ਭਲੀ ਨੂੰ, ਥੱਕ ਜਾਓਗੇ। ਵਨ ਡੇ ਯੂ ਗੋਨਾ ਟੋਟਲੀ ਬਰਨ ਆਊਟ ਐਂਡ ਟਾਇਰਡ, ਐਂਡ ਵੰਸ ਯੂ ਗੋਨਾ ਬਰਨ ਆਊਟ ਐਂਡ ਟਾਇਰਡ, ਫਿਰ ਚੋਂ ਅਪਰੋਚ ਪਤਾ ਕਿਹੜੀ ਨਿਕਲ ਕੇ ਆਉਂਦੀ ਹੈ? ਬੰਦਾ ਕਹਿੰਦਾ ਲੈਟਸ ਐਕਚੁਲੀ ਫਿਨਿਸ਼ ਐਵਰੀਥਿੰਗ, ਦਿਸ ਇਜ਼ ਸਿਕਨੈਸ। ਜਿਹੜੀ ਗਨ ਵਾਇਲੈਂਸ ਹੈ ਨਾ ਇੰਨੀ ਜ਼ਿਆਦਾ ਨੌਰਥ ਅਮੈਰੀਕਾ ਦੇ ਵਿੱਚ, ਇਹਦੇ ਪਿੱਛੇ ਆਹ ਚੀਜ਼ ਕੰਮ ਕਰਦੀ ਹੈ। ਵੈਨ ਵੀ ਟਾਕ ਅਬਾਊਟ ਬਿਲੀਵ ਸਿਸਟਮ, ਬਿਲੀਵ ਸਿਸਟਮ ਪਤਾ ਹੀ ਕਰਦਾ ਸਾਨੂੰ, ਯੂ ਨੋ ਟੂਡੇ ਆਈ ਐਮ ਗੋਇੰਗ ਥਰੂ ਵਿਦ ਸੋ ਮੈਨੀ ਚੈਲੇਂਜਸ, ਬਟ ਇਟਸ ਓਕੇ, ਮਾਈ ਟੁਮਾਰੋ ਇਜ਼ ਗੋਨਾ ਬੀ ਬੈਟਰ ਦੈਨ ਟੂਡੇ, ਵਿਚ ਵੀ ਕਾਲਡ ਹੋਪ। ਇਹ ਹੋਪ ਹੈ, ਇਹ ਹੋਪ ਹਵਾ ਵਿੱਚੋਂ ਨਹੀਂ ਆਉਂਦੀ, ਇਟ ਨੈਵਰ ਕਮ ਫਰੋਮ ਜਸਟ ਯੂ ਕੈਨ ਸੇ ਐਨੀ ਸੋਰਟ ਆਫ ਐਮਪਟੀਨੈਸ, ਨੋ ਨੋ, ਇਟ ਆਲਵੇਜ਼ ਕਮ ਵਿਦ ਅ ਰੈਸ਼ਨਲ ਸਾਈਡ। ਹੁਣ ਜਿਹੜੀ ਰੈਸ਼ਨਲ, ਬਾਬਾ ਜੀ ਨੂੰ ਕੀ ਲੋੜ ਪਈ ਹੈ ਗੱਲ ਕਰਨ ਦੀ? ਬਾਬਾ ਜੀ ਜੁਗਾਦ ਦੀ ਗੱਲ ਕਰਦੇ, ਉਸ ਐਰਾ ਦੀ ਗੱਲ ਕਰਦੇ ਜਦੋਂ ਯੁੱਗ ਸ਼ੁਰੂ ਹੁੰਦੇ, ਸਮਾਂ ਸ਼ੁਰੂ ਹੁੰਦਾ। ਬਾਬਾ ਜੀ ਕਹਿੰਦੇ ਹਿਸਟਰੀ ਪੜ੍ਹੋ ਆਪਣੀ। ਬੱਚਾ ਆ ਲੈਟ ਮੀ ਐਕਚੁਲੀ ਇਹਨਾਂ ਨੂੰ ਇੱਕ ਮੈਂ ਟਿਪ ਦੇ ਕੇ ਬਾਕੀ ਨੂੰ ਵਾਇੰਡ ਅਪ ਕਰ ਦੇਣ, ਲਾਸਟ ਪੰਕਤੀ ਜ਼ਰੂਰ ਕਰਦੇ ਹਾਂ ਡਿਸਕਸ, ਕਿਉਂਕਿ ਸਾਡਾ ਟਾਈਮ ਬੜਾ ਜਾ ਰਿਹਾ, ਟਾਈਮ ਸਾਡੇ ਕੋਲ ਲਿਮਿਟਡ ਹੁੰਦਾ ਹੈ। ਇਸ ਤਰ੍ਹਾਂ ਆ, ਬੱਚੇ ਦਾ ਸਵੇਰੇ ਇਗਜ਼ਾਮ, ਉਹ ਕਹਿੰਦਾ ਆਈ ਐਮ ਨੋਟ ਗੋਨਾ ਪਾਸ ਦਿਸ ਇਗਜ਼ਾਮ, ਬਟ ਆਈ ਹੈਵ ਨੋ ਆਈਡੀਆ, ਆਈ ਫੀਲ ਐਨ ਐਗਜ਼ਾਇਟੀ, ਆਈ ਐਮ ਐਂਸ਼ੀਅਸ। ਇਹ ਸਾਰਾ ਕੁਝ ਉਹਦੇ ਹੱਥਾਂ ਦੇ 'ਚ ਪਸੀਨਾ ਆਉਣਾ ਸ਼ੁਰੂ ਹੋ ਗਿਆ, ਉਹਦਾ ਮੂੰਹ ਸੁੱਕਣਾ ਸ਼ੁਰੂ ਹੋ ਗਿਆ, ਉਹਦੇ ਪੇਟ 'ਚ ਬਟਰਫਲਾਈ ਜਿਹੜੀ ਹੈ ਉਹ ਚੱਲਣੀ ਸ਼ੁਰੂ ਹੋ ਗਈ, ਉਹਦੇ ਹੱਥ ਪੈਰ ਹਿੱਲਣੇ ਸ਼ੁਰੂ ਹੋ ਗਏ, ਐਂਗਜ਼ਾਇਟੀ। ਇਹਨੂੰ ਕਾਊਂਟਰ ਕਿਵੇਂ ਕਰੋਗੇ ਹੁਣ? ਬੜੇ ਰੈਸ਼ਨਲ ਵੇ ਦੇ ਨਾਲ, ਐਂਡ ਦੈਟ ਇਜ਼ ਬਾਬਾ ਜੀ ਅਪਰੋਚ, ਐਂਡ ਈਵਨ ਟੂਡੇਜ਼ ਥੈਰੇਪਿਸਟ ਦੇ ਆਰ ਐਕਚੁਲੀ ਅਡੋਪਟਿੰਗ ਦਿਸ ਅਪਰੋਚ, ਦੇ ਆਰ ਪ੍ਰੈਕਟਿਸਿੰਗ ਦਿਸ ਅਪਰੋਚ। ਓਕੇ ਠੀਕ ਹੈ, ਅੱਛਾ ਤੇਰਾ ਨਾਮ ਕੀ ਹੈ? ਵਟ ਕਾਇੰਡ ਆਫ ਕੁਐਸਚਨ ਇਜ਼ ਇਟ?
I am actually struggling with my own anxiety. No, no, please. Put the naam ki tera. This is my name. Okay. What's the date today? Oh, this is the date. Okay. What class do you go? This class. Okay. What is your school name? Okay. This. Okay. What subjects do you have? This one. This one. Okay. Can you give me any books which are related to the different subjects? This is from this. This is from this. Okay. What is written in this book? Ode bare gal baat. Less than 30 minutes ek therapist ode naal adopt ode naal lagayega. 30 minutes de vich jehdi odi ability hai ਉਹਨੂੰ ਸ਼ੀਸ਼ੇ ਦੀ ਤਰ੍ਹਾਂ ਵਿਖਾ ਦਿੰਦਾ. ਯੂ ਹੈਵ ਦੈਟ ਅਬਿਲਿਟੀ. ਤੈਨੂੰ ਕਿਹਨੇ ਕਿਹਾ ਤੈਨੂੰ ਕੁਛ ਨਹੀਂ ਪਤਾ? ਯੂ ਨੋ ਐਵਰੀਥਿੰਗ. ਸਮ ਹਾਓ ਯੂ ਆਰ ਨੋਟ ਏਬਲ ਟੂ ਬਿਲੀਵ ਇਨ ਯੋਰ ਸੈਲਫ. ਵਾਈ? ਬਿਕੋਜ਼ ਯੂ ਆਰ ਟੇਕਿੰਗ ਐਵਰੀਥਿੰਗ ਔਨ ਯੋਰ ਸ਼ੋਲਡਰ. ਨੋ, ਡੋਂਟ ਟੇਕ ਇਟ. ਯੂ ਆਰ ਜਸਟ ਅ ਪਾਰਟ ਆਫ ਬਿਗ ਗੇਮ ਐਂਡ ਯੂ ਗੋਨਾ ਪਲੇ ਓਨਲੀ ਯੂਅਰ ਪਾਰਟ. ਰੈਸਟ ਆਫ ਲੀਵ ਟੂਵਰਡ ਦਾ ਜੁਗਾਦ. ਜੁਗਾਦ ਸੱਚ ਜਿਹੜਾ ਯੁਗਾਂ ਤੋਂ ਕਰਦਾ ਆ ਰਿਹਾ ਆ, ਹੁਣ ਕਿਉਂ ਨਹੀਂ ਕਰੇਗਾ? ਹੁਣ ਆ ਜਾਓ ਬਾਣੀ ਦੇ ਵਿੱਚ ਅੱਗੇ. ਬਾਬਾ ਜੀ ਕਹਿੰਦੇ ਤੂੰ ਕਾਹੇ ਡੋਲੈ ਪ੍ਰਾਣ ਜਿਹਦੇ ਸਾਹ ਚੱਲ ਰਹੇ ਨੇ. ਆਈ ਸਟਰੋਂਗਲੀ ਬਿਲੀਵ ਆਈ ਕੈਨ ਨੋਟ ਬਰੀਥ, ਇਟਸ ਆਈ ਫੀਲ ਸੋਫੋਕੇਸ਼ਨ. ਨੋ ਨੋ ਨੋ, ਯੂ ਆਰ ਨੋਟ ਐਕਚੁਲੀ ਬਰੀਥਿੰਗ ਯੂਅਰ ਸੈਲਫ. ਸਿਸਟਮ ਇਜ ਮੇਕਿੰਗ ਯੂ ਏਬਲ ਟੂ ਬਰੀਥ. ਦੈਟ ਸਿਸਟਮ ਇਟ ਸੈਲਫ ਹੈਪਨਿੰਗ ਟੂ ਯੂ. ਯੂ ਆਰ ਜਸਟ ਵਿਟਨੈਸਿੰਗ ਇਟ. When I'm going to stay, oh, I am doing it. No, no, you are not doer. You are just a witness. Itthon detachment shuru honi tuhadi. Itthon tusi asal reality, the ultimate reality wale passe vadhna hai. This can only happen if you see the jugaad. Jugaad to hunda hai. Mera ek believe hai. Believe hai, sach jitda hai. Tenu kinne kya? Appa jhoot jitda vekhde hai roj. Mera believe kahinda hai. Tere believe kis base te hai? Mere guru ne kya hai. ਕੂੜ ਨਿਖੁੱਟਸ ਨਾਨਕਾ ਔੜਕ ਸੱਚ ਨੇ. ਜੁਗਾਦ ਸੱਚ. ਓਕੇ, ਇਟ ਵਾਜ਼ ਹਿਸਟਰੀ, ਇਟ ਵਾਜ਼ ਐਰਾ ਭਾਈ ਸਾਹਿਬ, ਇਟਸ ਨੋਟ ਹੈਪਨਿੰਗ ਐਨੀ ਮੋਰ. ਬਾਬਾ ਜੀ ਕਹਿੰਦੇ ਆਹਾਂ ਹੈ ਪੀ ਸੱਚ. ਈਵਨ ਇਨ ਟੂਡੇਜ਼ ਵਰਲਡ ਯੂ ਕੈਨ ਸੀ ਇਟਸ ਹੈਪਨਿੰਗ ਰਾਈਟ ਨਾਓ. ਤੁਸੀਂ ਦੇਖੋ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਬੜੀ ਤੋਪ ਆ ਬਲਾ ਆ. ਬਾਬਾ ਜੀ ਕਹਿੰਦੇ ਨਹੀਂ ਨਹੀਂ. ਇੱਕ ਛੋਟੀ ਜਿਹੀ ਇਗਜ਼ਾਮਪਲ ਹੋਰ ਦੇਣਾ, ਨਾ ਨਾ ਦੋ ਤੋਂ ਤਿੰਨ ਮਿੰਟ ਲੈ ਕੇ ਵੰਡ ਕਰ ਦਿੰਦੇ ਹਾਂ ਫਿਰ ਆਪਾਂ. ਮੈਂ ਨਾ ਹਾਈਵੇ 'ਤੇ ਗੱਡੀ ਡਰਾਈਵ ਕਰ ਰਿਹਾ ਐਂਡ ਕਿਸੇ ਨੂੰ ਦੱਸਣਾ ਨਹੀਂ, ਵੈਸੇ ਆਪਣੀ ਗੱਲ ਹੈ ਆਪਸ ਵਿੱਚ. ਮੈਂ ਥੋੜ੍ਹਾ ਅਗਰੈਸਿਵ ਡਰਾਈਵਰ ਹਾਂ, ਇੰਸ਼ੋਰੈਂਸ ਵਾਲਿਆਂ ਨੂੰ ਦੱਸ ਦਿਓ, ਕਿਸੇ ਨੂੰ ਦੱਸ ਦਿਓ, ਆਈ ਡੋਂਟ ਵਾਂਟ ਇਨ ਟ੍ਰਬਲ. ਬਟ ਅਗਰੈਸਿਵ ਡਰਾਈਵਰ ਅਤੇ ਅਰਾਊਂਡ, ਕਿਉਂਕਿ ਇੰਨਾ ਜ਼ਿਆਦਾ ਅੱਜ ਈਵਨ ਟੂਡੇ ਆਈ ਡਰੋਵ ਅਰਾਊਂਡ ਮੋਰ ਦੈਨ 500 ਕਿਲੋਮੀਟਰ. ਅੱਜ ਮੈਂ 500 ਕਿਲੋਮੀਟਰ ਗੱਡੀ ਸਵੇਰ ਦੀ ਚਲਾ ਕੇ ਆਇਆ. ਮੈਂ ਆਲ ਦਾ ਵੇ ਨੌਰਥ ਗਿਆ ਸੀ, ਉੱਥੋਂ ਵਾਪਸ ਆਇਆ ਜਿਹੜੀ ਆਪਣੀ ਪ੍ਰਿਜ਼ਨ ਦੀ ਡਿਊਟੀ ਤੋਂ. ਹੁਣ ਜੇ ਅੱਡੀ ਇੰਨੀ ਗੱਡੀ ਚਲਾਉਣੀ ਹੈ ਅਤੇ 5 ਘੰਟੇ ਦਾ ਸਫ਼ਰ 4 ਘੰਟੇ 'ਚ ਕਰਨਾ, ਦੈਨ ਯੂ ਹੈਵ ਟੂ ਡਰਾਈਵ ਲਿਟਲ ਬਿਟ ਫਾਸਟ ਨਾ. ਇਸ ਤਰੀਕੇ ਮੈਂ ਬੜਾ ਸੇਫ ਚਲਾਉਂਦਾ ਵੈਸੇ, ਨਹੀਂ ਮੈਂ ਜੋਕ ਕਰਦਾ ਵੈਸੇ. ਅੱਛਾ, ਅਸੀਂ ਅਰਾਊਂਡ 130 ਦੀ ਸਪੀਡ ਦੇ ਉੱਤੇ ਹਾਈਵੇ 'ਤੇ ਜਾ ਰਹੇ ਹਾਂ. ਮੇਰੇ ਨਾਲ ਇੱਕ ਵੀਰ ਮੇਰੇ ਬੈਠਾ, ਕਈ ਵਾਰ ਸੰਗਤ 'ਚ ਆਉਂਦੇ ਉੱਥੇ, ਅਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਗਾ. ਅਸੀਂ ਕੌਫੀ ਦਾ ਕੱਪ ਲਿਆ ਅਤੇ ਬੇਗਲ ਲਏ, ਅਤੇ ਮੈਂ ਕੌਫੀ ਦਾ ਕੱਪ ਸਿਪ ਕਰ ਰਿਹਾ ਨਾਲ, ਅਤੇ ਗੱਡੀ ਮੈਂ ਡਰਾਈਵ ਕਰ ਰਿਹਾ ਨਾਲ, ਬੇਗਲ ਖਾ ਰਿਹਾ. ਮੈਂ ਤੁਹਾਨੂੰ ਦੱਸ ਰਿਹਾ ਹੈਪੀ ਇਹ ਕੀ ਚੀਜ਼ ਆ. ਬੰਦਾ ਕਹਿੰਦਾ ਮੈਂ ਬੜੀ ਬੁਲਾਵਾਂ, ਮੈਂ ਕੀ ਤੋਂ ਕੀ ਨਹੀਂ ਕਰ ਸਕਦਾ? ਭਾਈ ਸਾਹਿਬ, ਆਪਾਂ ਆਪਣੇ ਆਪ 'ਤੇ ਵਿਸ਼ਵਾਸ ਕਰੀਦਾ, ਆਪਾਂ ਹੀ ਸਭ ਕੁਝ ਕਰਾਂਗੇ. ਬਾਬਾ ਜੀ ਕਹਿੰਦੇ ਨਹੀਂ ਨਹੀਂ ਨਹੀਂ, ਤੂੰ ਸਿਰਫ ਇੱਕ ਪਾਰਟ ਪਲੇ ਕਰੇਗਾ, ਕਰਨ ਵਾਲਾ ਵਾਹਿਗੁਰੂ ਹੈ. ਸੱਚ ਉਹੀ ਹੈ. ਵੀ ਆਰ ਜਸਟ ਅ ਸਮਾਲ ਪਾਰਟ ਆਫ ਦੈਟ ਬਿਗ ਗੇਮ. ਮੈਂ ਬੇਗਲ ਨੂੰ ਐਵੇਂ ਦੰਦ ਲਗਾਇਆ ਅਤੇ ਉਹ ਬੇਗਲ ਨੂੰ ਚੂ ਕਰਨ ਦੀ ਕੋਸ਼ਿਸ਼ ਕਰ ਰਿਹਾ. ਮੇਰੇ ਨਾਲ ਬੈਠੇ ਸੱਜਣ ਨੇ ਕੋਈ ਗੱਲ ਕੀਤੀ ਹੈ, ਮੈਨੂੰ ਇੱਕਦਮ ਹਾਸਾ ਆ ਗਿਆ. ਹਾਸਾ ਆਉਂਦਿਆਂ ਨਾਲ ਜਿਹੜਾ ਫੂਡ ਵਾਲਾ ਪਾਈਪ ਦੇ ਨਾਲ ਸਾਡਾ ਬਰੀਥਿੰਗ ਪਾਈਪ ਆ ਨਾ, ਫੂਡ ਦਾ ਥੋੜ੍ਹਾ ਪਾਰਟ ਉਸ ਪਾਈਪ 'ਚ ਸਟੱਕ ਹੋ ਗਿਆ.
and I'm not able to speak, I'm not able to tell anything, and on 401 we are driving around 130 km per hour, middle lane. Imagine. And he's looking at me and my face is totally red. And I was thinking, game over, okay. That's over. Almost. Healthy individual who has so much actually you can say in his planning and discussing a lot of things. Pyaj jao kya karna hai, istra, istra, istra. Sara kush. Take vada plan kise hor da. Okay, then what are you thinking? Your game is over. And again, I'm totally in that kind of mindset. It's going to be over. Meanwhile, somehow, I put little effort and ਉਹਦਾ ਕੋਈ ਆਪਣਾ ਲਾ ਸੀਗਾ, ਇੱਕਦਮ ਫੂਡ ਦਾ ਪੀਸ ਬਾਹਰ ਆ ਗਿਆ. ਉਹ ਮੈਨੂੰ ਪੁੱਛਦਾ, ਭਾਈ ਸਾਹਿਬ ਕੀ ਹੋਇਆ? ਮੈਂ ਕਿਹਾ ਕੁਛ ਵੀ ਨਹੀਂ ਸੀ ਪਤਾ ਲੱਗਣਾ, ਐਵਰੀਥਿੰਗ ਵਾਜ਼ ਓਵਰ ਆਲਮੋਸਟ. ਹਾਂ, ਕੋਈ ਹੈ ਜਿਹੜਾ ਸਾਰੀ ਨਿਜ਼ਾਮ ਹਸਤੀ ਨੂੰ ਪਲੇ ਕਰ ਰਿਹਾ ਹੈ. ਪੀ ਸੱਚ ਅਲਟੀਮੇਟ ਰਿਐਲਿਟੀ. ਓਕੇ, ਹੋ ਸੀ ਪੀ, ਦਿਸ ਇਜ਼ ਹੋਪ. ਮੈਂ ਇਸ ਕਰਕੇ ਅੱਜ ਬੀਜ ਬੀਜ ਰਿਹਾ. ਕਿਸਾਨ ਨੇ ਦੇਖੋ ਤੁਸੀਂ, ਡੇ ਐਂਡ ਨਾਈਟ ਦੇ ਵਰਕਿੰਗ. ਵਾਈ ਆਰ ਦੇ ਵਰਕਿੰਗ? ਪਾਗਲ ਨੇ ਹੋ, ਇੰਨਾ ਗ੍ਰੇਨ ਸੱਟ ਰਹੇ, ਇੰਨਾ ਖਰਚਾ ਕਰ ਰਹੇ ਹੈ? ਨੋ, ਦੇ ਆਰ ਇਨ ਬਿਲੀਵ ਦੈਟ ਮਦਰ ਨੇਚਰ ਗੁਨਾ ਗਿਵ ਪੇਟ ਬੈਕ. ਜਿਹੜਾ ਮਦਰ ਨੇਚਰ ਦਾ ਸਿਰਜਣ ਆ ਰਿਹਾ. ਬਾਬਾ ਜੀ ਨੇ ਕਿਹਾ, ਨਾਨਕ ਹੋਸੀ ਪੀ ਸੱਚ. ਹੈਪੀ ਐਗਜ਼ਿਸਟ ਟੂਡੇ, ਹੋਸੀ ਪੀ ਵਿਲ ਆਲਵੇਜ਼ ਐਗਜ਼ਿਸਟ ਇਨ ਦ ਫਿਊਚਰ, ਐਂਡ ਆਲ ਮਾਈਟੀ ਐਗਜ਼ਿਸਟ ਟੂਡੇ, ਐਂਡ ਓ ਨਾਨਕ, ਆਲ ਮਾਈਟੀ ਵਿਲ ਆਲਵੇਜ਼ ਐਗਜ਼ਿਸਟ ਇਨ ਦ ਫਿਊਚਰ. ਬਾਬਾ ਜੀ ਨੇ ਇਹ ਸ਼ਲੋਕ ਕਿਹਾ ਹੈ. ਇਸ ਸ਼ਲੋਕ ਦੇ ਵਿੱਚ ਸਾਰੇ ਉਸ ਰੱਬੀ ਸੱਚ ਦੇ ਅਹਿਸਾਸ ਨੂੰ ਵਾਈਂਡ ਅਪ ਕਰ ਦਿੱਤਾ ਆ. ਇਸ ਤੋਂ ਬਾਅਦ ਬਾਣੀ ਸ਼ੁਰੂ ਹੋਏਗੀ. ਇਹਦੇ ਪਿੱਛੇ ਇੱਕ ਲਿਖਿਆ, ਤੁਸੀਂ ਨੰਬਰ ਦੇਖਦੇ ਹੋ, ਇਹਨੂੰ ਅਸੀਂ ਜੁਮਲਾ ਕਹਿੰਦੇ ਹਾਂ. ਵੈਸੇ ਜਿਹੜਾ ਹੈਗਾ ਆਪਣੀ ਭਾਸ਼ਾ ਦੇ ਵਿੱਚ, ਜਿਹੜੀ ਰਾਈਟਿੰਗ ਲਾਸਟ ਦੇ ਵਿੱਚ ਦਿੱਤਾ ਜਾਂਦਾ ਆ, ਵੋਕੈਬਲਰੀ ਥੋੜ੍ਹੀ ਥੋੜ੍ਹੀ ਨਾਲ ਨਾਲ ਡਿਸਕਸ ਕਰਦੇ ਜਾਵਾਂਗੇ. ਪਰ ਇਸ ਤੋਂ ਬਾਅਦ ਬਾਣੀ ਸ਼ੁਰੂ ਹੋ ਰਹੀ ਹੈ. ਆਉਂਦੇ ਕੱਲ੍ਹ ਆਪਾਂ ਨੇ ਸਾਰਾ ਮੂਲ ਮੰਤਰ ਦੇ ਬਾਰੇ ਡਿਸਕਸ਼ਨ ਕੀਤੀ ਸੀਗੀ. ਆਈ ਡੋਂਟ ਵਾਂਟ ਟੂ ਰਿਪੀਟ ਵਨ ਮੋਰ ਟਾਈਮ. ਜੇ ਕੋਈ ਨਵੀਂ ਸੰਗਤ ਆਈ ਹੋਏ ਅੱਜ, ਸਿਰਫ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਸਾਡੀ ਸਟੱਡੀ ਜਿਹੜੀ ਹੈ ਮੈਨੂਸਕ੍ਰਿਪਚਰ 'ਤੇ ਹੈਗੀ ਹੈ. ਬੇਸਡ ਹੱਥ ਲਿਖਤ ਸਰੂਪ ਜਿਹੜੇ ਲਿਖੇ ਗਏ ਸੀ, ਉਹਨਾਂ ਸਾਰਿਆਂ ਦੇ ਵਿੱਚ ਇਹਦੇ ਬਾਬਤ ਜਿਹੜਾ ਜ਼ਿਕਰ ਆਇਆ ਹੈ, ਮੂਲ ਮੰਤਰ ਜੋ ਲਿਖਿਆ ਗਿਆ ਉਹ ਬਿਲਕੁਲ ਗੁਰਪ੍ਰਸਾਦ ਤੱਕ ਲਿਖਿਆ, ਹੱਥ ਲਿਖਤ ਸਰੂਪ ਪਿਆ ਹੈ. ਇਹ ਗੁਰੂ ਪਾਤਸ਼ਾਹ ਦੇ ਟਾਈਮ ਦਾ ਲਿਖਿਆ ਹੋ ਗਿਆ. 1469 ਸੰਮਤ ਦਾ ਹੈਗਾ ਆ, ਅਰਾਊਂਡ 1600 ਸਮਥਿੰਗ ਜਿਹੜਾ ਹੈਗਾ ਉਹਦਾ ਬਣਦਾ ਆ. ਫਿਰ ਆਪਾਂ ਜਿਹੜਾ ਆ ਇਹਦੇ ਨਾਲ ਆ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਰਾਈਟਿੰਗ ਆ, ਉਹਨਾਂ ਦੀ ਰਾਈਟਿੰਗ ਦੇ ਟਾਈਮ ਦੇ ਵਿੱਚ, ਅੱਜ ਔਨਲਾਈਨ ਤੁਸੀਂ ਜਾ ਕੇ ਦੇਖੋ ਤੁਹਾਨੂੰ ਐਵੇਂ ਮਿਲ ਜਾਏਗੀ. ਇਟਸ ਆਲ ਦੇਅਰ. ਸੋ ਆਹ ਦੇਖੋ ਫਿਰ ਦੁਬਾਰਾ, ਜਪ ਥੱਲੇ ਮੂਲ ਮੰਤਰ ਉੱਤੇ, ਇਹੀ ਵਾਰ ਵਾਰ ਰਿਪੀਟ ਹੋਏ ਜਾ ਰਿਹਾ. ਹੁਣ ਆਪਾਂ ਕੱਲ੍ਹ ਤੋਂ ਨਾਨਕ ਹੋਸੀ ਪੀ ਸੱਚ ਤੋਂ ਬਾਅਦ ਸੋਚਾ ਸੋਚਣਾ ਹੋਵੇ ਇਹਦੀ ਬਾਤ ਪਾਵਾਂਗੇ. ਅੱਜ ਵਾਸਤੇ ਸਮਾਪਤੀ. ਆਪ ਸਾਨੂੰ ਸੰਗਤ ਦਾ ਆਉਣ ਵਾਸਤੇ ਧੰਨਵਾਦ. ਆਈ ਨੋ ਬੜਾ ਔਖਾ ਹੁੰਦਾ ਹੈ, ਲਾਈਫ ਇੰਨੀ ਜ਼ਿਆਦਾ ਬਿਜ਼ੀ ਹੈ, ਰੂਟੀਨ ਹੈ. ਸਮਹਾਓ ਮੌਕਾ ਬਣਿਆ, ਮੈਂ ਵੀ ਥੋੜ੍ਹਾ ਇੰਥੂਜ਼ਿਆਸਟਿਕ ਹੈਗਾ ਹਾਂ, ਅਤੇ ਤੁਸੀਂ ਵੀ ਥੋੜ੍ਹਾ ਇੰਥੂਜ਼ਿਆਜ਼ਮ ਆਪਣੇ ਵਿੱਚ ਲੈ ਕੇ ਆਓ. ਸੋ ਕਮ ਔਨ ਟਾਈਮ ਸੋ ਦੈਟ ਵੀ ਹੈਵ ਦਿਸ ਕਨੈਕਸ਼ਨ. ਅਤੇ ਬਾਈ ਚਾਂਸ ਬਾਤ ਹੋਈ ਪਬਲਿਕ ਡੋਮੇਨ 'ਤੇ ਵੀ ਜਾ ਰਹੀ ਹੈ, ਤੁਹਾਡੇ ਚਿਹਰੇ ਵੇਖ ਕੇ ਮੈਨੂੰ ਵੀ ਲੱਗਦਾ ਵੀ ਕੋਈ ਚੀਜ਼ ਮੇਰੀ ਬਾਤ ਪਰਸੀਵ ਹੋ ਰਹੀ ਹੈ. ਅਤੇ ਆਈ ਰੀਅਲੀ ਇਜ਼ਲੀ ਫੀਲ ਕਾਇੰਡ ਆਫ ਯੂ ਕੈਨ ਸੇ, ਮੈਨੂੰ ਲੱਗਦਾ ਵਰਥ ਹੋ ਰਿਹਾ. ਸੋ ਸਾਰੇ ਰੂਪ ਦੇ ਵਿੱਚ ਐਟ ਦਾ ਐਂਡ ਹੁਣ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਕੋਈ ਵੀ ਆਵਾਜ਼, ਮਤਲਬ ਐਸਾ ਨਾ ਜਿਹੜੀ ਆਵਾਜ਼ ਨਾ ਆਵੇ, ਜਸਟ ਅੱਖਾਂ ਬੰਦ ਕਰਕੇ ਜਸਟ ਰਿਸਾਈਟ ਐਂਡ ਲਿਸਨ ਅਗੇਨ ਦਿਸ ਲਾ ਸੇ ਸਲੋਕ ਵਨ ਮੋਰ ਟਾਈਮ ਐਂਡ ਦੈਨ ਵੀ ਵਿਲ ਸੇ ਫਤਿਹ.
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਨ ਮੋਰ ਟਾਈਮ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।